आनंद है आनंद गुरु ते जानिया हर पहलड़ी ला पर विरती कर्म दृढ़ाया बलराम जियो बाणी ब्रह्मा वेद धर्म दृढ़ो पाप तजाया बलराम जियो धर्म दृढ़ो हर नाम त्यागो सिमृत नाम दृढ़ाया सतगुर गुर पूरा आराधो सब किल विख पाप गवाया सहज आनंद हुआ वड भागी मन हर हर मीठा लाया जन कह नानक लाव पहली आरंभ काज रचाया जन कह नानक लाव पहली आरंभ काज रचाया सतगुरु गुरु ग्रंथ साहिब सच्चे पातशाह जी दे पावन दरबार विच संध्या वक्त जुड़ बैठे सत संगी जनो गुरु साहिब जी दी अपार कृपा वरती है साहिब दी गोद विच जुड़ बैठन दा सुभाग समा प्राप्त होया जी आओ सतगुरां दी पावन बाणी दी विचार नाल सांझ पाउण दा यतन करिए आरंभता तो पहला गुर फतेह प्रवान करो आखो वाहिगुरु जी का खालसा वाहिगुरु जी की फतेह सतगुरु गुरु रामदास पातशाह जी पावन पवित्र विचार विच बड़े स्पष्ट लहजे अंदर एक जीव रूपी स्त्री ने प्रभु पति परमात्मा नाल किवें व्याह दियां लावां लैणियां ने जिक्र करदी है जिहदा सिधा संबंध साडी जिंदगी नाल है साडे जीवन दे नाल है क्योंकि जिस रूप का जिक्र गुरु साहिब ने गुरबाणी च कीता वह रूप साडा सारिआं दा है असीं जीव रूपी स्त्रियां ते प्रभु पति परमात्मा नाल साडी जिंदगी च आनंद कारज होया अगर चार लावां संपूर्ण हो गईआं ते समझ लो जीवन सफल है जे किते अधूरा पन ते फिर मालक नाल सांझ हुण पहली पौड़ी गुरु रामदास साहिब बयान करदा हर पहलड़ी लाभ परवृत्ति कर्म दृढ़ाया बलराम जी हे रमे हुए परमात्मा मैं तेरे तो सदके हाँ तू मेरे ते बख्शिश की मैनू धर्म के राह ते तुरन वास्ते प्रेरित किया है ते मेरा मन हुण सच्ची विचार नू असैप्ट करन वास्ते तैयार है मेरा मन हुण सोहणियां आवाजां सोहणी बोली सोहणी आवाज नू जिंदगी च अपनाउण वास्ते तैयार हो चुका जिन्ना चिर तक जीवन च चाहत नहीं उन्ना चिर तक चंगियाई कदी नहीं आ सकती इस करके गुणां दी प्राप्ति वास्ते असीं एक दरवाजा खोल के रखिए चाहत वाला हमेशा चाओ बनिया रहे जीवन च चंगियाई होवे शुभ गुण हो हुण गुरु साहिब जी ने कहा वो जिहड़ा रब दे नाम दे विच जुड़न दा आहर है ना जिहड़ा रब दे नाम दे विच जुड़न दा काम है ना वो हुण मैं करना शुरू कर दिता है हुण मेरा चित करदा है उन्हां गुणां नूं अपनी जिंदगी च अपना लवां जिहड़े गुण मेरे मालक दे परमात्मा
ਕਿਉਂਕਿ ਮਨ ਮੰਨ ਰਿਹਾ ਹੈ ਨਾ ਉਹਨਾਂ ਗੁਣਾਂ ਨੂੰ ਜ਼ਿੰਦਗੀ 'ਚ ਥਾਂ ਦੇਣ ਵਾਸਤੇ। ਅਗਲੀ ਗੱਲ, ਬਾਣੀ ਬ੍ਰਹਮਾ ਵੇਦ ਧਰਮ ਧਰਮ, ਗੁਰੂ ਕੀ ਬਾਣੀ ਹੀ ਸਿੱਖ ਵਾਸਤੇ ਬ੍ਰਹਮਾ ਦੇ ਵੇਦ ਹਨ। ਸਾਡੇ ਧਰਮ ਦੀ ਮਰਿਆਦਾ 'ਚ ਨਾਂ ਤੇ ਵੇਦਾਂ ਦਾ ਪ੍ਰਾਵਧਾਨ ਹੈ ਤੇ ਨਾਮ ਬੇਦੀ ਦੁਆਲੇ ਫੇਰੇ ਲੈਣ ਦੀ ਗੱਲ। ਇਹਨਾਂ ਕਰਮ ਕਾਂਡਾਂ ਨੂੰ ਸਾਡੇ ਧਰਮ 'ਚ ਥਾਂ ਨਹੀਂ ਦਿੱਤੀ। ਤੇ ਵੈਸੇ ਆਨੰਦ ਕਾਰਜ ਤੇ ਜਿਹੜੇ ਕਰਮ ਕਾਂਡ ਹੁੰਦੇ ਨੇ ਉਹਨਾਂ ਦੀ ਲਿਸਟ ਤਾਂ ਬਹੁਤ ਲੰਮੀ ਹੈ। ਕੋਈ ਸਿਹਰੇ ਬੰਨਣ ਦੀ ਗੱਲ ਕਰਦੇ, ਕੋਈ ਕਿਤੇ ਪ੍ਰਕਾਰ ਦੀ ਗੱਲ, ਜਦੋਂ ਗੁਰਮਤਿ ਖੋਲ੍ਹ ਕੇ ਵੇਖਾਂਗੇ ਨਾ, ਸਿਰਫ ਆਨੰਦ ਕਾਰਜ ਤੋਂ ਇਲਾਵਾ ਗੁਰਬਾਣੀ ਕਹਿੰਦੀ ਹੈ ਭਾਈ ਸਾਰਾ ਕੁਝ ਹੀ ਤੇਰੀ ਆਪਣੀ ਬਣਤਰ ਹੈ, ਗੁਰੂ ਨਹੀਂ ਹਿਮਾਇਤ ਕਰਦਾ। ਹਾਂ, ਸਮਾਜਿਕ ਤੌਰ 'ਤੇ ਬੰਦਾ ਸੰਬੰਧਾਂ ਦੇ ਇਕੱਠ ਦਾ ਯਤਨ ਕਰ ਸਕਦੇ, ਜਿੰਨਾ ਮਰਜ਼ੀ ਕਰੇ, ਕੋਈ ਰੋਕ ਟੋਕ ਨਹੀਂ। ਪਰ ਗਾਨੇ ਬੰਨਣੇ, ਸਿਹਰਾ ਬੰਨਣਾ, ਮਹਿੰਦੀ ਲਾਉਣੀ, ਸਰੀਰ ਦੀ ਹੋਰ ਬਹੁਤ ਪ੍ਰਕਾਰ ਦੀ ਲਿਸ਼ਕ ਪੁਸ਼ਕ ਕਰਨੀ, ਇੱਕ ਵੱਖਰਾ ਜਿਹਾ ਰੂਪ ਸਮਾਜ ਦੇ ਸਾਹਮਣੇ ਰੱਖਣਾ, ਤੇਲ ਚੋਣੇ, ਹੋਰ ਬਹੁਤ ਪ੍ਰਕਾਰ ਦੇ ਗੀਤ ਗਾਉਣ ਦੀਆਂ ਗੱਲਾਂ ਕਰਨੀਆਂ, ਇਹ ਸਾਰੀ ਸਾਡੇ ਸਮਾਜ ਦੀ ਉਪਜ ਹੈ। ਇਹੀ ਕਾਰਨ ਹੈ ਅਸੀਂ ਇਹਨਾਂ ਕੰਮਾਂ 'ਚ ਰੁੱਝ ਗਏ। ਜਿਹੜਾ ਲਾਵਾਂ ਵਾਲਾ ਪੱਖ ਕਮਜ਼ੋਰ ਰਹਿ ਗਿਆ, ਬਹੁਤ ਵੀਕ ਰਹਿ ਗਿਆ। ਜਿਹੜੀ ਵਿਚਾਰ ਚਾਹੀਦੀ ਸੀ ਜੀਵਨ 'ਚ ਉਹ ਨਹੀਂ ਹੋ ਪਾਈ। ਮੁੰਡਾ ਚੜ੍ਹਦੇ ਨੂੰ ਨਹੀਂ ਬਹਿਣਾ ਚਾਹੀਦਾ, ਲਹਿੰਦੇ ਨੂੰ ਨਹੀਂ ਬਹਿਣਾ ਚਾਹੀਦਾ, ਆਹ ਪਾਸਾ ਚੰਗਾ ਹੈ, ਆਹ ਪਾਸਾ ਨਹੀਂ ਚੰਗਾ। ਅਕਸਰ ਇਹ ਸਾਰਾ ਕੁਝ ਸਾਡੇ ਵਿਆਹਾਂ 'ਚ ਨਜ਼ਰ ਆਉਂਦੇ ਵੀ ਇੱਧਰ ਖੜ ਕੇ ਨਹੀਂ ਗੱਲ ਕਰਨੀ, ਇੱਧਰ ਖੜ ਕੇ ਕਰਨੀ। ਇਹ ਸਾਰੀਆਂ ਅਸੀਂ ਇਹਨੂੰ ਵਿਚਾਰਾਂ ਕਹਿੰਦੇ ਹਾਂ। ਇਹ ਵਿਚਾਰਾਂ ਸਾਡੀਆਂ ਪੈਦਾ ਕੀਤੀਆਂ ਨੇ, ਪਰ ਅਸਲ ਵਿਚਾਰ ਤਾਂ ਬਾਣੀ ਹੈ। ਇੱਕ ਆਮ ਸਮਾਜ ਵਿੱਚ ਕਹਾਵਤ ਹੈ ਨਾ ਵੀ ਇਸ ਗੱਲ ਦੀ ਵਿਚਾਰ ਕਰਨੀ ਹੈ। ਕੋਈ ਕਹਿੰਦੇ ਕੰਮ ਕਰਨੇ, ਕੋਈ ਕਹਿੰਦੇ ਇਹਦੇ ਤੋਂ ਬਚਣਾ, ਉਹਨੂੰ ਇਹਦੀ ਵਿਚਾਰ ਦਾ ਨਾਮ ਦੇ ਦਿੱਤਾ ਗਿਆ। ਪਰ ਜਿਹੜੀ ਅਸਲ ਵਿਚਾਰ ਸੀ ਉਹ ਨਹੀਂ ਰਹੇ। ਹੁਣ ਸਿੱਖ ਦੇ ਹੱਥ 'ਚ ਗੁਰੂ ਕੀ ਬਾਣੀ ਦੀ ਪੋਥੀ ਹੋਵੇ ਤੇ ਉਹ ਆਨੰਦ ਕਾਰਜ ਤੋਂ ਪਹਿਲਾਂ ਪੜ੍ਹਦਾ ਹੋਵੇ ਤੇ ਸ਼ਬਦ ਪੜ੍ਹੇ ਬਾਣੀ ਬ੍ਰਹਮਾ ਵੇਦ। ਮੇਰੇ ਵਾਸਤੇ ਬ੍ਰਹਮਾ ਦੇ ਵੇਦ ਮਾਇਨੇ ਨਹੀਂ, ਮੇਰੇ ਵਾਸਤੇ ਗੁਰੂ ਕੀ ਬਾਣੀ ਮਾਇਨੇ। ਧਰਮ ਦ੍ਰਿੜ ਪਰਮਾਤਮਾ ਦੇ ਨਾਮ ਨੂੰ, ਰੱਬ ਦੀ ਵਿਚਾਰ ਨੂੰ ਆਪਣੇ ਹਿਰਦੇ 'ਚ ਦ੍ਰਿੜ ਕਰਨਾ ਹੀ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਅਵਸਥਾ ਹੈ। ਹੁਣ ਇਹ ਗੁਰੂ ਤਾਕੀਦ ਕਰਦੇ ਭਾਈ ਸਿੱਖ ਵਾਸਤੇ ਗੁਰੂ ਦੀ ਬਾਣੀ ਹੀ ਬ੍ਰਹਮਾ ਦੇ ਵੇਦ ਨੇ ਤੇ ਗੁਰੂ ਦੀ ਬਾਣੀ 'ਚ ਜੋ ਸਿੱਖਿਆ ਪਰਮਾਤਮਾ ਦੀ, ਰੱਬ ਦੀ ਬਿਆਨ ਕੀਤੀ ਗਈ ਹੈ, ਮਾਲਕ ਦੇ ਨਾਮ ਦੀ ਜੋ ਵਿਚਾਰ ਦਿੱਤੀ ਗਈ ਹੈ ਉਹਨੂੰ ਜੀਵਨ 'ਚ ਦ੍ਰਿੜ ਕਰ, ਧਾਰਨ ਕਰਨਾ, ਉਹਨੂੰ ਜ਼ਿੰਦਗੀ 'ਚ ਲੈ ਕੇ ਚਲੇ। ਤੇ ਫਿਰ ਹੋਏਗਾ ਕਿ ਪਾਪ ਤਜਾਇਆ ਬਦਰਾਮ ਜੀ, ਹੇ ਪਰਮਾਤਮਾ ਜੀ ਮੈਂ ਤੇਰੇ ਤੋਂ ਸਦਕੇ ਹਾਂ, ਮੈਨੂੰ ਸਮਝ ਪਈ ਗੁਰੂ ਕੀ ਬਾਣੀ ਹੀ ਮੇਰੇ ਵਾਸਤੇ ਸਭ ਤੋਂ ਵੱਡਾ ਸਹਾਰਾ ਹੈ, ਇਹੀ ਸਭ ਤੋਂ ਵੱਡੀ ਵਿਚਾਰ ਹੈ। ਮੈਂ ਆਪਣੀ ਜ਼ਿੰਦਗੀ 'ਚ ਧਰਮ ਨੂੰ ਦ੍ਰਿੜ ਕੀਤਾ, ਹੁਣ ਜੀਵਨ 'ਚੋਂ ਪਾਪ ਦੂਰ ਹੋ ਰਹੇ, ਭੈੜੀਆਂ ਵਿਚਾਰਾਂ ਦਾ ਜੀਵਨ 'ਚੋਂ ਬਾਹਰ ਜਾਣਾ ਸ਼ੁਰੂ ਹੋ ਗਿਆ। ਅਜੇ ਪਹਿਲੀ ਲਾਮ ਹੈ ਪਰ ਬਦਲਾਵ ਦਾ ਜ਼ਿਕਰ ਹੋ ਰਿਹਾ। ਪਾਪ ਤਜਾਇਆ ਬਲਰਾਮ ਜੀ। ਫਿਰ ਸਤਿਗੁਰੂ ਕਹਿੰਦੇ ਨੇ ਧਰਮ ਦ੍ਰਿੜ, ਪੱਕਾ ਕਰ ਲਓ। ਦ੍ਰਿੜ ਕਰਨ ਦਾ ਅਰਥ ਹੈ ਪੱਕਾ ਕਰ ਲਓ, ਜਿਹੜੀ ਗੱਲ ਕਦੀ ਜ਼ਿੰਦਗੀ 'ਚ ਦੁਬਾਰਾ ਭੁੱਲੇ ਨਾ, ਵਿਸਰੇ ਨਾ। ਧਰਮ ਦ੍ਰਿੜ ਜੋ ਗੁਰੂ ਕੀ ਬਾਣੀ ਦੇ ਵਿੱਚ ਦਿੱਤੇ ਹੋਏ ਨਿਯਮ ਨੇ, ਜੋ ਮਾਲਕ ਜੀ ਦੇ ਨਾਮ ਦੀ ਸਿੱਖਿਆ ਹੈ, ਜੋ ਸੱਚ ਹੈ, ਉਹਨੂੰ ਜੀਵਨ 'ਚ ਦ੍ਰਿੜ ਕਰ ਲਓ, ਟਿਕਾ ਲਓ, ਪੱਕਾ ਕਰ ਲਓ। ਹਰ ਨਾਮ ਧਿਆਓ, ਜਦੋਂ ਦ੍ਰਿੜ ਹੋ ਜਾਏਗਾ ਫਿਰ ਰੱਬ ਦੇ ਨਿਯਮ 'ਚ ਤੁਰਨ ਦੀ ਜੀਵਨ 'ਚ ਵਾਰ ਵਾਰ ਚਾਹਤ ਪੈਦਾ ਹੁੰਦੀ। ਜਿਹੜੀ ਗੱਲ ਪੱਕੀ ਤੌਰ 'ਤੇ ਅਸੀਂ ਗੜ ਬਣਾਉਣੇ, ਰੱਬ ਦੀ ਵਿਚਾਰ ਦਾ ਆਪਣੇ ਹਿਰਦੇ 'ਚ ਕਿਲਾ ਪੈਦਾ ਕਰਨਾ, ਗੜ ਬਣਾਇਆ ਹੋਇਆ ਦੁਨਿਆਵੀ ਵਿਚਾਰਾਂ ਦਾ, ਉਹ ਟੁੱਟ ਨਹੀਂ ਰਿਹਾ। ਦ੍ਰਿੜ ਕਰਨੀਆਂ ਸੀ ਪਰਮਾਤਮਾ ਦੀਆਂ, ਰੱਬ ਦੀਆਂ ਗੱਲਾਂ ਦ੍ਰਿੜ ਕਰ ਲਿਆ, ਸਮਾਜ ਦਾ ਹੋਰ ਗਿਆਨ, ਦੁਨੀਆਂ ਦੀਆਂ ਹੋਰ ਵਿਚਾਰਾਂ, ਦੁਨੀਆਂ ਦੇ ਹੋਰ ਵਹਿਮ ਭਰਮ ਭੁਲੇਖੇ, ਦੁਨੀਆਂ ਦੇ ਹੋਰ
ਬਹੁਤ ਸਾਰੇ ਪਖੰਡ, ਦੁਨੀਆਂ ਦੇ ਹੋਰ ਬਹੁਤ ਸਾਰੇ ਕਾਰ ਵਿਹਾਰ, ਇਹੀ ਕਾਰਨ ਹੈ। ਮਾਫ ਕਰਨਾ, ਗੱਲ ਕਹਿਣ ਲੱਗਾ, ਆਨੰਦ ਕਾਰਜ ਸਾਡੇ ਘਰ 'ਚ ਹੈ। 2 ਮਹੀਨੇ ਪਹਿਲਾਂ ਮਾਂ ਵੀ ਤਿਆਰੀ ਕਰ ਰਹੀ ਹੈ, ਬਾਪ ਵੀ ਤਿਆਰੀ ਕਰ ਰਿਹਾ, ਭੈਣ ਭਰਾ ਸਾਰੇ ਆਪੋ ਆਪਣੀਆਂ ਤਿਆਰੀਆਂ 'ਚ ਲੱਗੇ ਨੇ, ਪਰ ਸਾਰੇ ਪਰਿਵਾਰ 'ਚ ਕੋਈ ਇੱਕ ਬੰਦਾ ਨਹੀਂ ਬੋਲ ਕੇ ਕਹਿੰਦਾ ਵੀ ਜਿਹੜਾ ਆਨੰਦ ਕਾਰਜ ਕਰ ਲਏ ਉਹਦੇ ਬਾਰੇ ਵਿਚਾਰ ਵੀ ਕਰ ਲਓ। ਹੈ ਕਿਤੇ, ਹੈ ਇਹਦੇ ਤੋਂ ਦੂਰ ਆ ਬਿਲਕੁਲ। ਲਾਵਾਂ ਬਾਰੇ ਗੱਲ ਨਹੀਂ ਹੋਏਗੀ ਘਰ 'ਚ, ਕਿਹਦਾ ਸੂਟ ਕਿੰਨੇ ਦਾ, ਕਿਹਦੀ ਕਿਹੜੀ ਚੀਜ਼ ਕਿਹਨੂੰ ਪਸੰਦ ਹੈ, ਕਿਹੜੇ ਕੱਪੜੇ ਪਾਵਾਂਗੇ ਤੇ ਅਟ੍ਰੈਕਸ਼ਨ ਵਧੇ, ਇਹਨਾਂ ਚੀਜ਼ਾਂ ਦੀ ਗੱਲ ਹੈ, ਪਰ ਗੁਰਬਾਣੀ ਨਹੀਂ। ਇਹੀ ਕਾਰਨ ਹੈ ਜਿਹੜੀ ਜੜ ਹੈ ਨਾ ਉਹ ਹੀ ਸਾਡੀ ਕਮਜ਼ੋਰ ਹੈ। ਫਿਰ ਉਹਦੇ 'ਤੇ ਜੋ ਅੱਗੇ ਦੀ ਰੂਪ ਰੇਖਾ ਤਿਆਰ ਹੋਣੀ ਹੈ ਉਹਦੇ 'ਚ ਰਸ ਨਹੀਂ। ਸਤਿਗੁਰੂ ਨੇ ਕਿਹਾ ਆਪਣੀ ਸ਼ੁਰੂਆਤ ਨੂੰ, ਆਪਣੇ ਮੁੱਢ ਨੂੰ ਮਜ਼ਬੂਤ ਕਰ। ਜਿਹੜੀ ਨੀਂਹ ਮਜ਼ਬੂਤ ਹੁੰਦੀ ਹੈ ਉਹ ਫਿਰ ਜਿੰਨੀ ਮਰਜ਼ੀ ਤਾਂ ਨੂੰ ਮੰਜ਼ਲਾਂ ਉਸਾਰ ਦਿਓ, ਬੇਫਿਕਰੀ 'ਚ ਉਸਾਰਨ ਵਾਲਾ ਰਹਿੰਦਾ, ਉਹਨੂੰ ਡਿੱਗਣ ਦਾ ਖਤਰਾ ਨਹੀਂ। ਜੜ ਮਜ਼ਬੂਤ ਚਾਹੀਦੀ। ਹੁਣ ਸਤਿਗੁਰੂ ਕਹਿੰਦੇ ਨੇ ਭਾਈ ਰੱਬ ਦੇ ਨਾਮ ਦੇ ਆਹਰ 'ਚ ਜੁੜਨਾ ਸ਼ੁਰੂ ਕਰ, ਰੱਬੀ ਨਿਯਮ ਨੂੰ ਜ਼ਿੰਦਗੀ 'ਚ ਅਪਣਾ। ਇੱਕ ਪਤੀ ਵਾਸਤੇ ਵੀ ਮੈਸੇਜ ਹੈ, ਪਤਨੀ ਵਾਸਤੇ ਵੀ, ਸਾਰੇ 2 ਪਰਿਵਾਰਾਂ ਦਾ ਜਿਹੜਾ ਸੰਯੋਗ ਹੋ ਰਿਹਾ ਨਾ ਉਹਨਾਂ ਸਾਰਿਆਂ ਵਾਸਤੇ ਗੱਲਾਂ ਕੀਤੀਆਂ ਜਾ ਰਹੀਆਂ। ਇਹ ਸਭ ਨੇ ਲਾਵਾਂ ਪੜ੍ਹਨੀਆਂ ਨੇ, ਪਰ ਅਕਸਰ ਸਾਡੇ ਸਮਾਜ 'ਚ ਧਰਮ ਦਾ ਵੀ ਇੱਕ ਰੂਪ ਜਿਹੜਾ ਕਮਜ਼ੋਰੀ ਦਾ ਪੱਖ, ਵੀ ਮੇਰੇ ਵਰਗਾ ਕੋਈ ਪ੍ਰਚਾਰਕ ਜਦੋਂ ਆਨੰਦ ਕਾਰਜ 'ਤੇ ਬੋਲਦੇ ਉਹ 4 ਗੱਲਾਂ ਬੱਚੀ ਨੂੰ ਸੁਣਾਉਂਦੇ, 4 ਗੱਲਾਂ ਬੱਚੇ ਨੂੰ ਸੁਣਾਉਂਦੇ। ਤੁਸੀਂ ਕਦੀ ਇੰਡੀਆ 'ਚ ਆਨੰਦ ਕਾਰਜ 'ਤੇ ਹੁੰਦੀ ਕਥਾ ਵੇਖੋ, ਉਹਦੇ 'ਚ 90% ਕੁੜੀ ਨੂੰ ਦਬਾ ਦਬਾ ਕੇ ਕਿਹਾ ਜਾਂਦਾ ਵੀ ਨਹੀਂ ਤੂੰ ਜਾ ਕੇ ਸਾਰਾ ਕੁਝ ਕਰਨਾ ਹੈ, ਹੋਰ ਕਿਸੇ ਨੂੰ ਨਹੀਂ। ਗੁਰਮਤ ਕਹਿੰਦੀ ਹੈ ਸੱਸ ਸਹੁਰਾ ਨਨਾਣ ਦਰਾਣੀਆਂ ਜਠਾਣੀਆਂ ਮਾਂ ਬਾਪ ਭੈਣ ਭਰਾ ਸਕੇ ਸੰਬੰਧੀ ਇਹ ਸਾਰੇ ਇਸ ਰੂਪ ਨੂੰ ਸਮਝਣ, ਇਸ ਸਾਰੇ ਇਸ ਵਿਚਾਰ ਦੇ ਨਾਲ ਜੁੜਨ, ਤਾਂ ਕੁਟੁੰਬ ਬਣਦੇ, ਤਾਂ ਪਰਿਵਾਰ ਬਣਦੇ, ਤਾਂ ਸੰਯੋਗ ਬਣਦੇ ਨੇ। ਜੇ ਵਿਚਾਰ ਤੌਰ 'ਤੇ ਸੰਬੰਧ ਨਹੀਂ, ਸਾਂਝ ਨਹੀਂ, ਤਾਂ ਗੁਰਮਤ ਕਹਿੰਦੀ ਹੈ ਉਹਨਾਂ ਨੂੰ ਸੰਯੋਗ ਨਹੀਂ ਕਿਹਾ ਜਾ ਸਕਦਾ। ਇਸੇ ਕਰਕੇ ਸੇ ਸੰਯੋਗ ਕਰੋ ਮੇਰੇ ਪਿਆਰੇ, ਜਿਤ ਰਸਮ ਹਰ ਨਾਮ, ਧਰਮ ਦ੍ਰਿੜੋ ਹਰ ਨਾਮ ਧਿਆਵੋ, ਸਿਮਰਤ ਨਾਮ ਦ੍ਰਿੜਾਇਆ। ਦੁਨੀਆਂ ਦੀਆਂ ਧਾਰਮਿਕ ਵਿਚਾਰਾਂ 'ਚ ਨਾਮ ਰੱਬ ਦੇ ਹੁਕਮ ਨੂੰ ਦ੍ਰਿੜ ਕਰਨ ਦੀ ਗੱਲ ਸਿਖਾਈ ਗਈ ਹੈ, ਤੇ ਜਦੋਂ ਇਨਸਾਨ ਉਸ ਰਾਹ 'ਤੇ, ਕਿਉਂਕਿ ਸਾਡਾ ਆਹਰ ਬਣ ਚੁੱਕਾ ਹੈ, ਰੋਜ਼ਮਰਾ ਦੀ ਜ਼ਿੰਦਗੀ 'ਚ ਉਹ ਰੂਪ ਧਾਰਨ ਕਰ ਜਾ। ਫਿਰ ਸਤਿਗੁਰੂ ਕਹਿੰਦੇ ਨੇ ਸਤਿਗੁਰ ਗੁਰ ਪੂਰਾ ਆਰਾਧ, ਹੇ ਭਾਈ ਪੂਰੇ ਗੁਰੂ ਦੀ ਸਿੱਖਿਆ ਨੂੰ ਆਰਾਧੋ ਦਾ ਅਰਥ ਜੀਵਨ 'ਚ ਅਮਲੀ ਜਾਮਾ ਪਹਿਨਾ। ਜੋ ਪੂਰਾ ਗੁਰੂ ਸਿਖਾ ਰਿਹਾ ਹੈ, ਜੋ ਪੂਰਾ ਗੁਰੂ ਵਿਚਾਰ ਦਿੰਦਾ ਉਹਨੂੰ ਜ਼ਿੰਦਗੀ 'ਚ ਥਾਂ ਦਿਓ। ਸਤਿਗੁਰ ਗੁਰ ਪੂਰਾ ਆਰਾਧੋ ਸਭ ਕਿਲ ਵਿਖ ਪਾਪ ਗਵਾਇਆ, ਇਹ ਗੱਲ ਦਾਅਵੇ ਦੀ ਹੈ। ਗੁਰੂ ਦੀ ਸਿੱਖਿਆ ਤੁਹਾਡੇ ਜੀਵਨ 'ਚੋਂ ਭੈੜਾਪਨ ਖਤਮ ਕਰ ਦੇ, ਨੈਗੇਟਿਵ ਵਿਚਾਰਾਂ ਦਾ ਅੰਤ ਹੋ ਜਾਏਗਾ, ਫਿਰ ਚੰਗਾ ਸੋਚਣਾ ਸ਼ੁਰੂ ਕਰ। ਗੁਰ ਪੂਰਾ ਆਰਾਧੋ ਸਭ ਕਿਲ ਵਿਖ ਪਾਪ ਗਵਾਇਆ, ਸਹਿਜ ਆਨੰਦ ਹੋਵਾ ਵੱਡ ਭਾਗੀ। ਕਹਿਣ ਲੱਗੇ ਹੁਣ ਸਹਿਜ ਦੀ ਸ਼ੁਰੂਆਤ ਹੈ, ਆਨੰਦ ਦੀ ਅਵਸਥਾ 'ਚ ਚੰਗਾ ਬਣਨ ਵਾਸਤੇ ਇਹ ਸ਼ੁਰੂਆਤ ਹੋ ਰਹੀ ਹੈ। ਸਹਿਜ ਆਨੰਦ ਹੋਆ ਵੱਡ ਭਾਗੀ, ਮਨ ਹਰ ਹਰ ਮਿੱਠਾ ਲਾਇਆ। ਹੁਣ ਰੱਬ ਦੀ ਵਿਚਾਰ ਮਨ ਨੂੰ ਮਿੱਠੀ ਲੱਗਣ ਲੱਗ ਪਈ। ਜਨ ਕਹਿ ਨਾਨਕ ਲਾਭ ਪਹਿਲੇ, ਇਹ ਪਹਿਲੀ ਲਾਭ ਨੇ। ਆਰੰਭ ਕਾਜ ਰਚਾਇਆ, ਜੀਵ ਰੂਪੀ ਇਸਤਰੀ ਦੀ ਪ੍ਰਭੂ ਪਤੀ ਪਰਮਾਤਮਾ ਦੇ ਨਾਲ ਵਿਆਹ ਦੀ ਇਹ ਪਹਿਲੀ ਲਾਭ ਹੈ, ਇਹ ਪਹਿਲਾ ਫਿਰ ਹੈ। ਗੁਰੂ ਕੀ ਬਾਣੀ ਨੂੰ ਸਭ ਤੋਂ ਉੱਤਮ ਸਮਝਣਾ, ਥੋੜੇ ਜਿਹੇ ਸਿੰਪਲ ਜੇ ਸ਼ਬਦਾਂ 'ਚ ਸਮਝ ਲਈਏ, ਗੁਰੂ ਵੱਲੋਂ ਦ੍ਰਿੜਾਏ ਹੋਏ ਹੁਕਮ ਨੂੰ ਜ਼ਿੰਦਗੀ 'ਚ ਲਾਗੂ ਕਰਨ ਵਾਸਤੇ ਤੁਰਨਾ, ਮਾਲਕ ਦੇ ਨਾਮ ਦੇ ਆਹਰ 'ਚ ਜੁੜਨਾ, ਰੱਬ ਦੀ ਬੰਦਗੀ ਨੂੰ ਜ਼ਿੰਦਗੀ 'ਚ ਥਾਂ ਦੇਣੀ, ਪਰਮਾਤਮਾ ਪ੍ਰਤੀ ਜੀਵਨ 'ਚ ਸਤਿਕਾਰ ਬਹਾਲ ਕਰਨਾ, ਇਹ ਪਹਿਲੀ ਲਾਮ ਦਾ ਵਿਸ਼ਾ ਭਾਈ। ਇਹਨਾਂ ਨੂੰ ਦ੍ਰਿੜ ਕਰ, ਜੀਵਨ 'ਚ ਪੱਕਾ ਕਰ, ਤੁਰੇਗਾ ਤਾਂ ਇਹਨਾਂ 'ਤੇ ਜੇ ਤੇਰੇ ਜੀਵਨ 'ਚ ਪੱਕਾ ਹੋ ਜਾਏਗਾ। ਦ੍ਰਿੜ ਕਰਨੇ ਬਾਰ ਬਾਰ
ਵੀ ਸਤਿਗੁਰੂ ਪਾਤਸ਼ਾਹ ਤੇਰੀ ਸਿੱਖਿਆ ਦਾ ਹਰ ਇੱਕ ਬੋਲ ਦੁਨੀਆ ਦੀ ਹਰ ਇੱਕ ਆਵਾਜ਼ ਤੋਂ ਸ੍ਰੇਸ਼ਟ ਤੇ ਉੱਤਮ ਹੈ। ਜਿਹੜੀ ਗੱਲ ਤੂੰ ਕਹਿ ਦਿੱਤੀ ਉਹ ਅਖੀਰ ਮੋਹਰ ਹੈ, ਉਸ ਤੋਂ ਅੱਗੇ ਕੁਝ ਨਹੀਂ। ਇਸ ਕਰਕੇ ਦੁਨੀਆ ਦੀਆਂ ਵਿਚਾਰਾਂ ਨੂੰ ਇੱਕ ਪਾਸੇ ਰੱਖਦਾ ਹੋਇਆ ਮੈਂ ਤੇਰੀ ਵਿਚਾਰ ਦਾ ਪਾਬੰਦ ਬਣਨਾ ਚਾਹੁੰਦਾ। ਇਹ ਦ੍ਰਿੜ ਕਰੀਏ, ਪਹਿਲੀ ਲਾਮ ਮੈਸੇਜ ਦਿੰਦੀ ਹੈ, ਜਨ ਕਹਿ ਨਾਨਕ ਲਾਭ ਪਹਿਲੀ ਆਰੰਭ ਕਾਜ ਰਚਾਇਆ। ਇਹ ਆਰੰਭ ਤਾਂ ਇਹ ਸਾਡੇ ਉਸ ਮਾਲਕ ਦੇ ਨਾਲ ਰਾਬਤਾ ਬਣਾਉਣ ਦੀ, ਸਾਂਝ ਬਣਾਉਣ ਦੀ, ਜਦੋਂ ਗੁਣਾਂ ਦੇ ਨਾਲ ਇਨਸਾਨ ਸ਼ਿੰਗਾਰਿਆ ਜਾਂਦਾ, ਜਦੋਂ ਇਹ ਪੱਕੀ ਗੱਲ ਜੀਵਨ 'ਚ ਦ੍ਰਿੜ ਹੋ ਜਾਂਦੀ ਹੈ ਵੀ ਇਸ ਰਾਹ 'ਤੇ ਤੁਰਨਾ ਹੈ, ਫਿਰ ਉਹ ਦੂਸਰੀ ਲਾਮ ਸ਼ੁਰੂ ਕਰਦਾ। ਫਿਰ ਉਹ ਬੜੇ ਥਰਮੇ ਨਾਲ, ਬੜੇ ਸਹਿਜ ਸੁਭਾਅ ਨਾਲ ਧੰਨਵਾਦੀ ਵੀ ਹੁੰਦਾ ਹੈ, ਉਹਦੇ ਜੀਵਨ 'ਚ ਸਤਿਕਾਰਕ ਸ਼ਬਦਾਵਲੀ ਵੀ ਆਉਂਦੀ ਹੈ। ਫਿਰ ਅਗਲਾ ਪੜਾਅ ਉਹ ਕਹਿੰਦਾ, ਹਰ ਦੂਜੜੀ ਲਾਭ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀ। ਪਹਿਲੀ ਲਾਮ 'ਚ ਸੀ ਗੁਰੂ ਦੀ ਬਾਣੀ ਸ੍ਰੇਸ਼ਟ ਹੈ, ਗੁਰੂ ਦੀ ਆਵਾਜ਼ ਸ੍ਰੇਸ਼ਟ ਹੈ, ਗੁਰੂ ਵੱਲੋਂ ਦਿੱਤੀ ਹੋਈ ਸਿੱਖਿਆ ਨੂੰ ਚੇਤੇ ਕਰੋ। ਹੁਣ ਜਦੋਂ ਗੁਰੂ ਵੱਲੋਂ ਦਿੱਤੀ ਹੋਈ ਸਿੱਖਿਆ ਨੂੰ ਜੀਵਨ 'ਚ ਚੇਤੇ ਕਰਨ ਵਾਸਤੇ ਪ੍ਰਣ ਕੀਤਾ, ਉਦੋਂ ਕੀ ਹੋਇਆ? ਹੁਣ ਉਹ ਦੂਸਰੀ ਲਾਮ 'ਚ ਜੀਵ ਰੂਪੀ ਇਸਤਰੀ ਪਹੁੰਚੀ, ਉਹਨੇ ਬੜੇ ਥਰਮੇ ਨਾਲ ਕਿਹਾ, ਹੇ ਰਮੇ ਹੋਏ ਪਰਮਾਤਮਾ ਜੀ, ਤੁਹਾਡਾ ਤਹਿ ਦਿਲੋਂ ਧੰਨਵਾਦ, ਤੁਸੀਂ ਉਸ ਗੁਰੂ ਨਾਲ ਮਿਲਾਇਆ ਜਿਹੜਾ ਗੁਰੂ ਚੰਗੀ ਸਿੱਖਿਆ ਦਿੰਦਾ। ਹਰ ਦੂਜੜੀ ਲਾਮ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀ। ਹੇ ਰਮੇ ਹੋਏ ਪਰਮਾਤਮਾ, ਮੈਂ ਤੈਥੋਂ ਸਦਕੇ ਹਾਂ, ਬਲਰਾਮ ਜੀ ਉਹ ਤੇਰੇ ਤੋਂ ਕੁਰਬਾਨ ਹਾਂ, ਤੂੰ ਮੈਨੂੰ ਉਸ ਗੁਰੂ ਦੇ ਨਾਲ ਜੋੜਿਆ ਜਿਹੜਾ ਗੁਰੂ ਤੇਰੇ ਨਾਲ ਜੁੜਨ ਦੀ ਪ੍ਰੇਰਣਾ ਦਿੰਦਾ, ਜਿਹੜਾ ਗੁਰੂ ਤੁਹਾਡੇ ਨਾਲ ਜੋੜਦਾ ਹੈ, ਜਿਹੜਾ ਗੁਰੂ ਤੁਹਾਡੇ ਨਾਲ ਸਾਂਝ ਬਣਾਉਣ ਵਾਸਤੇ ਸਿੱਖਿਆ ਬਖਸ਼ਦਾ। ਨਿਰਭਉ ਭੈ ਮਨ ਹੋਏ ਹਉ ਮੈਂ ਮੈਲ ਗਵਾਇਆ ਬਲਰਾਮ ਜੀ, ਗੁਰੂ ਦੇ ਬਚਨਾਂ ਨੂੰ ਦ੍ਰਿੜ ਕਰਕੇ ਜੀਵਨ 'ਚ ਨਿਰਭੈਤਾ ਆ ਗਈ, ਹੁਣ ਕਿਸੇ ਦਾ ਡਰ ਨਹੀਂ। ਮੇਰੇ ਖਿਆਲ ਨਾਲ ਸਾਡੇ ਆਨੰਦ ਕਾਰਜ 100 ਪ੍ਰਕਾਰ ਦੇ ਡਰ ਬੜੇ ਹੁੰਦੇ ਨੇ, ਬੜੇ ਸਹਿਮ ਜਿਹੇ। ਅਸੀਂ ਖੁਸ਼ੀ ਦਾ ਕੰਮ ਤਾਂ ਕਰਦੇ ਹਾਂ ਬੇਸ਼ੱਕ, ਪਰ ਬਹੁਤ ਸਾਰੇ ਸਹਿਮੇ ਨੇ, ਕਿਉਂਕਿ ਧਾਰਮਿਕ ਲੋਕਾਂ ਨੇ ਡਰਾਇਆ ਬਹੁਤ। ਸਾਡੇ ਵਾਲੇ ਸਿੰਘ ਕਿਸੇ ਪੰਡਿਤ ਤੋਂ ਪੱਤਰੀ ਵਿਚਵਾਉਣ ਜਦੋਂ ਜਾਂਦੇ ਨੇ, ਵਿਆਹ ਤੋਂ ਪਹਿਲਾਂ ਬਹੁਤ ਜਾਂਦੇ ਨੇ, ਇਹ ਮੈਂ ਝੂਠ ਨਹੀਂ ਬੋਲਦਾ, ਤੁਸੀਂ ਸਰਵੇ ਕਰਾ ਕੇ ਵੇਖ ਲਓ। ਮੈਂ ਕਹਿੰਦਾ 70% ਨਿਕਲਣਗੇ ਜਿਹੜੇ ਸਿੱਖ ਵਿਆਹ ਤੋਂ ਪਹਿਲਾਂ ਪੰਡਿਤ ਕੋਲ ਜਾਂਦੇ। ਇਹਦਾ ਮਤਲਬ ਲਾਵਾਂ ਦੀ ਅਹਿਮੀਅਤ ਨਹੀਂ ਹੈ, ਉਹਨਾਂ ਪੱਤਰੀ ਕਢਾਉਣੀ ਆ ਵੀ ਫਲਾਣਾ ਦਿਨ ਪੰਡਿਤ ਜੀ ਦੱਸੋ ਕਿਹੜਾ ਦਿਨ ਚੰਗਾ। ਮੇਰੇ ਨਾਲ ਮੈਂ ਖੁਦ ਹੱਡ ਬੀਤੀ ਬਿਆਨ ਕਰਨਾ, ਇੱਕ ਪਰਿਵਾਰ ਕਹਿਣ ਨੂੰ ਉਹਨਾਂ ਅੰਮ੍ਰਿਤ ਛਕਿਆ, ਉਹਨਾਂ ਨੇ ਮੈਨੂੰ ਕਾਲ ਕੀਤੀ, ਕਹਿੰਦੇ ਤੁਸੀਂ ਫਲਾਣੇ ਦਿਨ ਦੁਪਹਿਰੇ ਪੂਰੇ 12 ਵਜੇ ਫਰੀ ਹੋ। ਮੈਂ ਕਿਹਾ ਨਹੀਂ, ਮੈਂ ਕਥਾ ਕਰਨ ਜਾਣਾ। ਮੈਂ ਕਿਹਾ ਇੱਕ ਅੱਧਾ ਘੰਟਾ ਅੱਗੇ ਪਿੱਛੇ ਪ੍ਰੋਗਰਾਮ। ਕਹਿੰਦੇ ਨਹੀਂ। ਮੈਂ ਕਿਹਾ ਕਾਰਨ ਕੀ ਹੈ ਵੀ ਤੁਸੀਂ ਇੱਕ ਅੱਧਾ ਘੰਟਾ ਅੱਗੇ ਪਿੱਛੇ ਕਰ ਸਕਦੇ ਹੋ, ਤੁਹਾਡੇ ਕੋਲ ਵਕਤ ਵੀ ਹੈ, ਟਾਈਮ ਸਭ ਕੁਝ। ਕਹਿੰਦੇ ਨਹੀਂ, ਸਮਾਂ ਹੈ, ਕੋਈ ਪ੍ਰੋਬਲਮ ਨਹੀਂ, ਅਸੀਂ ਫਰੀ ਵੀ ਹਾਂ, ਕੋਈ ਪ੍ਰੋਬਲਮ ਨਹੀਂ। ਪ੍ਰੋਬਲਮ ਇਹ ਹੈ ਵੀ ਅਰਦਾਸ ਕਰਾਉਣ ਦਾ ਸਮਾਂ ਪੰਡਿਤ ਜੀ ਨੇ ਨਿਯਤ ਕੀਤਾ ਹੋਇਆ, ਮਸਲਾ ਇੱਥੇ ਆਉਂਦਾ ਹੈ। ਜਿਹਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਕਹਿਣ ਲੱਗੇ, ਗੁਰੂ ਅਮਰਦਾਸ ਸਾਹਿਬ ਦੇ ਬੋਲ ਲਏ ਵੀ ਤੂੰ ਪੱਤਰੀ ਜੇ ਵਚਵਾਉਣ ਲੱਗੇ ਤੇ ਪੱਤਰੀ ਵਾਚ ਆਪਣੇ ਅੰਦਰ ਦੇ ਭੈੜੇ ਉਗਣਾਂ ਦੇ, ਆਹ ਪੱਤਰੀ ਵਾਚ, ਪਤਾ ਲੱਗੇ ਤੇਰੇ ਅੰਦਰ ਕੀ ਹੈ, ਤੇਰਾ ਭਵਿੱਖ ਕਿਹੋ ਜਿਹਾ ਬਣੇਗਾ, ਕਿਉਂਕਿ ਉਗਣਾਂ ਦੇ ਨਾਲ ਤੂੰ ਇੰਨਾ ਕੁ ਗਰਕ ਚੁੱਕਾ ਹੈ ਕਿ ਤੇਰਾ ਆਉਣ ਵਾਲਾ ਭਵਿੱਖ ਚੰਗਾ ਨਹੀਂ। ਪੜਚੋਲ ਕਰ, ਪੱਤਰੀ ਵਾਚਣ ਦਾ ਅਰਥ ਗੁਰਮਤਿ ਕਹਿੰਦੀ ਹੈ ਪੜਚੋਲ ਕਰ, ਚੰਗੇ ਤੇ ਮਾੜੇ ਦੀ ਪੜਚੋਲ ਕਰ, ਪਰ ਅਸੀਂ ਚੰਗੇ ਤੇ ਮਾੜੇ ਦਿਨਾਂ ਦੀ ਪੜਚੋਲ ਕਰਦੇ ਹਾਂ, ਤੇ ਸੰਗਰਾਂਦ ਵਾਲੇ ਦਿਨ, ਵੈਸੇ ਸੰਗਰਾਂਦ ਦਾ ਸਿੱਖ ਨਾਲ ਸੰਬੰਧ ਕੋਈ ਨਹੀਂ, ਇਹ ਵਿਪਰ ਦੀ ਇੱਕ ਰੀਤ ਹੈ। ਜਦੋਂ ਨਵੇਂ ਮਹੀਨੇ ਦੀ ਆਰੰਭਤਾ ਵਾਲੇ ਦਿਨ ਬੜੀ ਉੱਚੀ ਉੱਚੀ ਕਹਿੰਦੇ ਹਾਂ, ਮਹਾਂ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰ, ਵੀ ਦਿਨ ਸਾਰੇ ਉਹਦੇ ਚੰਗੇ ਨੇ। ਉੱਥੇ ਫਿਰ ਪੰਡਿਤ ਉਹ ਵੀ ਕਹੇਗਾ, ਭਾਈ ਸਾਹਿਬਾ ਸੁਣਾਓ ਮੈਨੂੰ ਆ ਦਿਨ ਬੜਾ ਚੰਗਾ ਲੱਗਦਾ, ਜਿਹੜਾ ਪੰਡਿਤ ਤੋਂ ਬਹਿ ਕੇ ਮਹੂਰਤ ਕਢਵਾ ਕੇ ਆਇਆ, ਜਿਹਨੇ ਆਪਣੀ ਦੁਕਾਨ ਦੇ
ਉੱਪਰ ਜਾ ਕੇ ਅਰਦਾਸ ਵੀ ਕਰਾਉਣੀ ਹੈ, ਮਹੂਰਤ ਕਢਵਾ ਕੇ ਤੇ ਅਰਦਾਸ ਕਰਨ ਤੋਂ ਬਾਅਦ ਮਿਰਚਾਂ ਤੇ ਨਿੰਬੂ ਵੀ ਟੰਗਣਾ। ਇਹ ਜਿਹੜਾ ਰੂਪ ਹੈ ਨਾ, ਇਹ ਡਰ ਦਾ, ਇਹ ਸਾਰੇ ਕਰਮ ਡਰ ਦੇ ਥੱਲੇ ਨੇ। ਤੁਸੀਂ ਦੋ ਫਿਲਮਾਂ ਜਿਹੜੀਆਂ ਇੰਡੀਆ 'ਚ ਬਣੀਆਂ ਸਨ ਉਹ ਜ਼ਰੂਰ ਦੇਖੀਆਂ ਹੋਣਗੀਆਂ, ਇੱਕ ਪੀ ਕੇ ਅਤੇ ਇੱਕ ਓ ਮਾਈ ਗੋਡ। ਠੀਕ ਹੈ, ਉਹਦਾ ਰੂਪ ਜੋ ਵੀ ਸੀ, ਪਰ ਉਹਨਾਂ ਫਿਲਮਾਂ 'ਚ ਇਸ ਡਰ ਨੂੰ ਕੱਢਣ ਦਾ ਯਤਨ ਕੀਤਾ ਗਿਆ, ਭਾਵੇਂ ਉਹ ਇੰਡੀਆ 'ਚ ਬੈਨ ਕਰ ਦਿੱਤੀਆਂ ਗਈਆਂ, ਬਹੁਤਾ ਚਿਰ ਨਹੀਂ ਚੱਲੀਆਂ। ਜਿੰਨਾ ਬਿਜ਼ਨਸ ਚੱਲਦਾ ਇਹ ਡਰ ਦਾ। ਹੁਣ ਗੁਰੂ ਸਾਹਿਬ ਕਹਿੰਦੇ ਨੇ, ਹੇ ਰਾਮ ਜੀ ਮੈਂ ਤੇਰੇ ਤੋਂ ਸਦਕੇ ਹਾਂ, ਮੈਂ ਤੇਰੇ ਤੋਂ ਕੁਰਬਾਨ ਹਾਂ, ਮੈਂ ਤੇਰੇ ਤੋਂ ਬਲਿਹਾਰ ਹਾਂ, ਕਾਰਨ ਕਿ ਤੂੰ ਮੇਰੇ ਤੇ ਕਿਰਪਾ ਕੀਤੀ, ਮੈਨੂੰ ਉਹ ਗੁਰੂ ਦਰਸਾ ਦਿੱਤਾ ਜਿਹੜਾ ਗੁਰੂ ਕੋਈ ਲੁਕੋ ਰੱਖਦਾ ਕੋਈ ਨਹੀਂ, ਸਭ ਗੱਲ ਕਲੀਅਰ ਕਰਦਾ, ਸੱਚੀ ਵਿਚਾਰ ਦਿੰਦਾ। ਤੇ ਅਗਲਾ ਪੱਖ ਕੀ ਹੈ, ਨਿਰਭਉ ਭੈ ਮਨ ਹੋਏ। ਹੁਣ ਨਿਰਭੈਤਾ ਆ ਗਈ, ਹੁਣ ਰੱਬ ਦੀ ਰਜ਼ਾ 'ਚ ਜੀਣ ਦੀ ਚਾਹਤ ਪੈਦਾ ਹੋ ਗਈ, ਦੁਨੀਆਂ ਦੇ ਡਰ ਨਹੀਂ ਕਬੂਲਦੇ। ਹੁਣ ਲੋਕ ਜਿੰਨੇ ਮਰਜ਼ੀ ਕਹਿਣ ਵੀ ਇੰਝ ਕਰ ਇੰਝ ਨਾ ਕਰ, ਕੋਈ ਫਰਕ ਨਹੀਂ ਪੈਂਦਾ, ਮੈਂ ਆਪਣੇ ਗੁਰੂ ਦੀ ਵਿਚਾਰ ਤੇ ਜਾ ਰਿਹਾ। ਮੇਰੇ ਜੀਵਨ 'ਚ ਜੇ ਮੇਰੀ ਮਾਂ ਪਾਣੀ ਵਾਰ ਕੇ ਪੀਵੇ ਨਾ ਪੀਵੇ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਇਹ ਸਾਡੀਆਂ ਆਪਣੀਆਂ ਵਿਚਾਰਾਂ ਹੈ ਜਿਹੜੀਆਂ ਅਸੀਂ ਖੁਦ ਜਨਮ ਦਿੱਤੀਆਂ, ਤੇ ਜੇ ਕਿਤੇ ਇੱਕ ਅੱਧੀ ਮਿਸ ਹੋ ਜਾਏ ਨਾ, ਤੇ ਫਿਰ ਵਿਆਹ ਤੋਂ ਬਾਅਦ ਵਿਚਾਰ ਹੁੰਦੀ ਹੈ, ਹੋ ਨਹੀਂ ਉਹ ਰਹਿ ਗਿਆ ਸੀ, ਕਿਤੇ ਭੈੜੇ ਹੀ ਦਿਨ ਨਾ ਸਾਡੇ 'ਤੇ ਆ ਜਾਏ। ਪਰ ਗੁਰਮਤ ਵਾਲੇ ਪਾਸੇ ਸਤਿਗੁਰੂ ਨੇ ਸਪਸ਼ਟ ਕਿਹਾ, ਨਿਰਭਉ ਭੈ ਮਨ ਹੋਏ, ਹਮ ਮੈਂ ਮੈਲ ਗਵਾਇਆ ਬਲਰਾਮ ਜੀ, ਉਹ ਨਿਰਭੈਤਾ ਆ ਗਈ, ਨਿਡਰਤਾ ਆ ਗਈ, ਹੁਣ ਬੇਪਰਵਾਹੀ 'ਚ ਜੀਨੇ ਆ, ਕਿਸੇ ਦਾ ਡਰ ਸਾਡੀ ਜ਼ਿੰਦਗੀ 'ਚ ਨਹੀਂ, ਕੋਈ ਵਹਿਮ ਨਹੀਂ। ਜੀਵਨ 'ਚ ਹੰਕਾਰ ਦੀ ਮੈਲ ਜਿਹੜੀ ਜੰਮੀ ਸੀ, ਜਿਹੜੀ ਵਿਚਾਰ ਨੂੰ ਸਮਝਣ ਨਹੀਂ ਸੀ ਦਿੰਦੀ, ਉਹ ਮੈਲ ਵੀ ਦੂਰ, ਕਿਉਂਕਿ ਗੁਰੂ ਕੋਲ ਬਹਿ ਗਏ, ਗੁਰੂ ਦੇ ਨਾਲ ਸਾਂਝ ਬਣ। ਪਹਿਲਾ ਪ੍ਰਕਰਨ ਹੈ, ਗੁਰੂ ਨੂੰ ਸਭ ਤੋਂ ਸ੍ਰੇਸ਼ਟ ਸਮਝੋ, ਗੁਰੂ ਦੀ ਬਾਣੀ ਨੂੰ ਸਭ ਤੋਂ ਉੱਤਮ ਜਾਣੋ, ਗੁਰੂ ਦੀ ਬਾਣੀ ਨੂੰ ਦ੍ਰਿੜ ਕਰਨ ਦਾ ਪ੍ਰਣ ਲਈਏ, ਗੁਰੂ ਦੀ ਬਾਣੀ ਅਨੁਸਾਰੀ ਜੀਵਨ ਜਿਉਣ ਦੀ ਚਾਹਤ ਬਣੇ, ਫਿਰ ਗੁਰੂ ਕੋਲ ਆ ਕੇ ਬਹਿ ਕੇ ਉਹ ਸਾਰਾ ਕੁਝ ਸਿੱਖੀਏ ਜੋ ਗੁਰੂ ਸਿਖਾਉਂਦਾ, ਫਿਰ ਸਾਡੀਆਂ ਰੱਬ ਦੇ ਨਾਲ ਲਾਵਾਂ ਹੋਣ, ਫਿਰ ਅਸੀਂ ਦ੍ਰਿੜ ਕਰ ਲਵਾਂਗੇ ਸੱਚ ਨੂੰ ਤੇ ਪਹਿਲੀ ਲਾਮ ਹੋ ਜਾਏ, ਜੀਵਨ 'ਚ ਨਿਡਰਤਾ ਆ ਜਾਏਗੀ, ਪਰਮਾਤਮਾ ਜੀ ਦੇ ਰੱਬ ਜੀ ਦੇ ਨਿਰਮਲ ਭਉ 'ਚ ਜੀਣਾ ਸਿੱਖ ਜਾਵਾਂਗੇ, ਉਹਦੀ ਰਜ਼ਾ ਨੂੰ ਸੱਤ ਬਚਨ ਕਹਿ ਕੇ ਪ੍ਰਵਾਨ ਕਰਾਂਗੇ, ਉਹਦੇ ਹਰ ਇੱਕ ਹੁਕਮ ਨੂੰ ਖਿੜੇ ਮੱਥੇ ਸਹਾਰਾਂਗੇ, ਇਹ ਸਾਡੀ ਦੂਸਰੀ ਲਾਮ ਹੋ ਜਾਏ। ਨਿਰਭਉ ਭੈ ਮਨ ਹੋਏ, ਹਮ ਮੈਂ ਮੈਲ ਗਵਾਇਆ ਬਲਰਾਮ ਜੀ, ਉਹ ਨਿਰਮਲ ਭਉ ਪਾਇਆ, ਨਿਰਮਲ ਪਵਿੱਤਰ ਭਉ, ਜਿੱਥੇ ਕੋਈ ਵੀ ਨਾ ਦੇਖਦਾ ਹੋਵੇ ਉੱਥੇ ਚਾਹਤ ਰੱਖਣੀ ਮੇਰਾ ਮਾਲਕ ਮੈਨੂੰ ਦੇਖਦਾ। ਨਿਰਮਲ ਭਉ, ਕਈ ਵਾਰ ਐਸਾ ਹੁੰਦਾ ਹੈ ਵੀ ਅਸੀਂ ਟ੍ਰੈਫਿਕ ਦੇ ਵਿੱਚ ਫਸੇ ਹਾਂ, ਸਾਡੇ ਕੋਲ ਟਾਈਮ ਘੱਟ ਹੈ, ਅਤੇ ਇੰਡੀਆ ਦਾ ਉਦਾਹਰਣ ਵਰਤ ਲਈਏ, ਚਲੋ ਇੱਥੇ ਤਾਂ ਤੁਹਾਡੇ ਕੈਮਰਿਆਂ ਦਾ ਸਿਸਟਮ ਹੀ ਬੜਾ ਵੀ ਮਿੰਟ 'ਚ ਬੰਦਾ ਫੜਿਆ ਜਾਂਦਾ, ਉੱਥੇ ਚਾਰ ਸਵੇਰੇ ਫਿਰ ਝਾਤੀ ਮਾਰਨਗੇ, ਇੱਧਰ ਵੇਖਣਗੇ ਵੀ ਪੁਲਿਸ ਵਾਲਾ ਤਾਂ ਨਹੀਂ ਖੜਾ, ਫਿਰ ਉਹ ਸਾਰਿਆਂ 'ਚ ਪੁੱਠਾ ਸਿੱਧਾ ਯੂ ਟਰਨ ਇਹੋ ਜਿਹਾ ਮਾਰਨਗੇ ਵੀ ਜਿਹੜਾ ਜਾਮ ਅੱਧਾ ਘੰਟਾ ਲੱਗਣਾ ਸੀ ਉਹ ਢਾਈ ਘੰਟੇ ਖੋਲ੍ਹਣ ਵਾਸਤੇ ਉਹ ਤਿਆਰ ਹੀ ਹੋਇਆ। ਹੁਣ ਇਹ ਭਉ ਨਹੀਂ ਹੈ, ਭਉ ਇਹ ਸੀ ਵੀ ਕਾਨੂੰਨ ਕਹਿੰਦੇ ਰੂਲ ਨਹੀਂ ਤੋੜਨੇ, ਕਾਨੂੰਨ ਕਹਿੰਦਾ ਨਿਯਮ ਨਹੀਂ ਤੋੜਨੇ। ਹੁਣ ਭਾਵੇਂ ਉੱਥੇ ਕਾਨੂੰਨ ਦਾ ਰਖਵਾਲਾ ਖੜਾ ਹੈ ਜਾਂ ਨਾ ਖੜਾ, ਉਹਨੂੰ ਨਹੀਂ ਵੇਖਣਾ, ਬਸ ਨਿਯਮ 'ਚ ਖੜਾ ਹੈ, ਕੋਈ ਵੇਖੇ ਜਾਂ ਨਾ ਵੇਖੇ, ਕੋਈ ਮੇਰੇ ਵੱਲ ਨਿਗਾਹ ਮਾਰੇ ਜਾਂ ਨਾ ਮਾਰੇ, ਮੈਨੂੰ ਕੋਈ ਫਰਕ ਨਹੀਂ ਪੈਂਦਾ, ਪਰ ਮੈਂ ਆਪਣੇ ਨਿਯਮ 'ਚ ਹੀ ਤੋੜ। ਨਿਰਮਲ ਪਵਿੱਤਰ ਡਰ ਸੱਚ ਹੈ। ਮੰਨ ਲਓ ਇੱਕ ਹੋਰ ਉਦਾਹਰਨ ਇੱਥੇ ਵਰਤ ਲਈਏ, ਮੰਨ ਲਓ ਮੇਰੇ ਮਾਂ ਬਾਪ ਇੰਡੀਆ ਬੈਠੇ ਨੇ, ਮੈਂ ਇੱਥੇ, ਮੇਰੇ ਅੰਦਰ ਇੱਕ ਪਵਿੱਤਰਤਾ ਆਪਣੇ ਮਾਂ ਬਾਪ ਪ੍ਰਤੀ ਹੋਵੇ ਵੀ ਇਹੋ ਜਿਹਾ ਕੋਈ ਕਰਮ ਨਹੀਂ ਕਰਨਾ ਜਿਹਦੇ ਨਾਲ ਮੇਰੇ ਮਾਂ ਬਾਪ ਦੀ ਇੱਜ਼ਤ ਨੂੰ ਦਾਗ ਲੱਗੇ, ਇਹੋ ਜਿਹਾ ਕੋਈ ਕੰਮ ਨਹੀਂ ਕਰਨਾ ਜਿਹਦੇ ਨਾਲ ਮੇਰੇ ਪਰਿਵਾਰ ਤੇ ਮੇਰੇ ਬਾਪ ਤੇ ਮੇਰੀ ਮਾਂ ਤੇ ਸਵਾਲ। ਹੁਣ ਮਾਂ ਬਾਪ ਮੈਨੂੰ ਦੇਖਦੇ ਥੋੜ੍ਹੇ, ਜੋ ਮਰਜ਼ੀ ਕਰ ਸਕਦੀ। ਪਵਿੱਤਰ ਭਉ ਇਹੀ ਰੂਪ ਹੈ ਵੀ ਜਦੋਂ ਕੋਈ ਵੀ ਨਹੀਂ ਦੇਖਦਾ ਆਪਣੇ ਨਿਯਮ 'ਚ ਬੱਝ ਕੇ ਰਹਿ ਜਾਏ, ਜਿੱਥੇ ਕਿਸੇ ਦੀ ਨਿਗਾਹ ਨਾ ਹੋਵੇ,
ਹੁਣ ਜਿੱਥੇ ਸਮਾਜ ਸਾਡਾ ਕੀ ਹੈ, ਅਸੀਂ ਗੁਰੂ ਦੀ ਹਜ਼ੂਰੀ 'ਚ ਭਾਣੇ ਦੀ ਗੱਲ ਕਰਦੇ ਹਾਂ, ਰਜਾ ਦੀ ਗੱਲ ਕਰਦੇ ਹਾਂ, ਨਿਯਮ ਦੀ ਗੱਲ ਕਰਦੇ ਹਾਂ, ਥੋੜ੍ਹਾ ਜਿਹਾ ਜਦੋਂ ਲੋਕਾਂ ਤੋਂ ਓਹਲੇ ਹੁੰਦੇ ਹਾਂ ਤਾਂ ਉਹ ਸਾਰੇ ਪਾਪ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਜਾਂਦਾ, ਵਿਆਹ ਨਹੀਂ ਹੋਏਗਾ, ਫਿਰ ਰੱਬ ਜੀ ਦੇ ਨਾਲ ਸਾਡੀਆਂ ਲਾਵਾਂ ਨਹੀਂ ਹੋ ਸਕਦੀਆਂ। ਨਿਰਮਲ ਭਉ ਪਾਇਆ ਹਰ ਗੁਣ ਗਾਇਆ, ਹਰ ਵੇਖੈ ਰਾਮ ਹਦੂਰੇ, ਇਹ ਚਾਹਤ ਜੀਵਨ 'ਚ ਬਣ ਜਾਏ ਵੀ ਮੈਂ ਹਰ ਥਾਂ 'ਤੇ ਨਿਯਮ 'ਚ ਰੱਬ ਦੀ ਰਜ਼ਾ 'ਚ ਰਹਿਣਾ ਹੈ, ਚੰਗਾ ਬਣ ਕੇ ਰਹਿਣਾ ਹੈ, ਕਿਉਂਕਿ ਮੇਰੇ ਜੀਵਨ 'ਚ ਇਹ ਗੱਲ ਸਮਝ ਪੈ ਗਈ ਹੈ ਕਿ ਪਰਮਾਤਮਾ ਹਰ ਜਗ੍ਹਾ 'ਤੇ ਹਾਜ਼ਰ ਨਾਜ਼ਰ ਹੈ ਅਤੇ ਦੇਖਦਾ ਵੇਖਦਾ ਹਰ ਜਗ੍ਹਾ 'ਤੇ ਬੈਠਾ। ਨਿਰਮਲ ਭਉ ਪਾਇਆ ਹਰ ਗੁਣ ਗਾਇਆ, ਹਰ ਵੇਖੈ ਰਾਮ ਹਦੂਰੇ, ਹਰ ਆਤਮ ਰਾਮ ਪਸਾਰਿਆ ਸਵਾਮੀ, ਸਰਬ ਰਹਿਆ ਭਰਪੂਰੇ। ਗੁਰੂ ਜੀ ਨੇ ਇਹ ਗੱਲ ਜੀਵਨ 'ਚ ਦ੍ਰਿੜ ਕਰਵਾ ਦਿੱਤੀ ਹੈ ਵੀ ਪਰਮਾਤਮਾ ਤੇਰੇ ਹਿਰਦੇ ਦਾ ਵੀ ਸ਼ਿੰਗਾਰ ਹੈ, ਉਹਦਾ ਪਸਾਰਾ ਸਮੁੱਚੇ ਬ੍ਰਹਿਮੰਡ 'ਚ ਹੈ ਅਤੇ ਉਹ ਸਮੁੱਚੀ ਕਾਇਨਾਤ ਦੇ ਜ਼ਰੇ ਜ਼ਰੇ 'ਚ ਬੈਠੇ। ਜਦੋਂ ਇਹ ਗੱਲ ਜੀਵਨ 'ਚ ਦ੍ਰਿੜ ਹੋ ਗਈ, ਸੱਚ ਹੈ, ਫਿਰ ਨਿਰਮਲ ਭਉ 'ਚ ਤੁਰਨ ਦੀ ਜਾ ਰੱਬ ਜੀ ਸਾਨੂੰ ਦੇਖ ਦਿੰਦੇ। ਗੁਰਬਾਣੀ ਨੇ ਸਪਸ਼ਟ ਕਿਹਾ ਨਾ, ਹੱਟ ਪੱਟਣ ਵਿੱਚ ਮੰਨਰ ਮੰਦਰ ਭੰਨੈ, ਘਰ ਚੋਰੀ ਘਰ ਆਵੇ। ਘਰ ਤੋਂ ਚੋਰ ਨਿਕਲਿਆ, ਉਹਨੇ ਚਾਰ ਸਪੇਰਾ ਦੇਖਿਆ, ਉਹਨੇ ਆਸਮਾਨ ਵੱਲ ਵੀ ਝਾਤੀ ਮਾਰੀ ਵੀ ਰਾਤ ਬਹੁਤ ਕਾਲੀ ਹੈ, ਕੋਈ ਨਹੀਂ ਦੇਖੇ। ਪਰ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਗਲੀਆਂ 'ਚ ਵੇਖਦੇ ਕੋਈ ਨਹੀਂ ਦੇਖਦਾ, ਪਰ ਇਹ ਮਨੁੱਖ ਤੂੰ ਗੁਨਾਹ ਕਰਨ ਤੁਰਿਆ ਹੈ, ਇੱਕ ਪਾਸੋਂ ਤੂੰ ਆਪਣਾ ਧਿਆਨ ਹਟਾ ਲਿਆ, ਅੱਗੋਂ ਦੇਖੇ ਪਿੱਛੋਂ ਦੇਖੇ ਤੁਝ ਤੇ ਕਹਾ ਛੁਪਾਵੇ। ਮਾਲਕ ਤੇਰੇ ਤੋਂ ਨਹੀਂ ਬਚ ਸਕਦਾ, ਗੁਨਾਹ ਦੁਨੀਆਂ ਤੋਂ ਛੁਪਾਏ ਜਾ ਸਕਦੇ ਨੇ। ਦੂਸਰੀ ਲਾਮ ਦਾ ਪ੍ਰਕਰਨ ਹੈ ਨਿਰਮਲ ਭਉ ਜੀ, ਨਿਯਮ ਨੂੰ ਕਦੀ ਨਾ ਤੋੜ, ਜਿੱਥੇ ਵੀ ਖੜਾ ਹੋ ਤੈਨੂੰ ਲੋਕ ਦੇਖਣ ਨਾ ਦੇਖਣ, ਤੈਨੂੰ ਕਾਨੂੰਨ ਦੇਖੇ ਨਾ ਦੇਖੇ, ਤੇ ਜਿਹੜਾ ਮਨੁੱਖ ਨਿਯਮ 'ਚ ਤੁਰਦੇ, ਯਾਦ ਰੱਖੋ ਉਸ ਮਨੁੱਖ ਦਾ ਸਤਿਕਾਰ ਦੇਸ਼ ਦੇ ਲੋਕ ਵੀ ਕਰਦੇ ਨੇ, ਜਿਹੜਾ ਰੱਬੀ ਨਿਯਮ 'ਚ ਤੁਰਦੇ ਮਾਲਕ ਦੀ ਨਿਗਾਹ 'ਚ ਵੀ ਪ੍ਰਵਾਨ ਉਹਨੂੰ ਫਿਰ ਦੁੱਖ ਨਹੀਂ ਸਹਿਣਾ। ਹੁਣ ਅਸੀਂ ਤੁਰੇ ਜਾਂਦੇ ਹਾਂ, ਸਾਨੂੰ ਅਸੀਂ ਟ੍ਰੈਫਿਕ ਰੂਲਸ ਤੋੜੀਏ, ਹੋਰ ਸਰਕਾਰਾਂ ਦੇ ਰੂਲ ਤੋੜੀਏ, ਅਗਲੇ ਚੱਕ ਕੇ ਜਦੋਂ ਜੇਲ੍ਹ 'ਚ ਸੁੱਟਦੇ ਨੇ, ਨਿਯਮ ਤੋੜਨ ਦਾ ਮਤਲਬ ਹੈ ਦੁੱਖ ਸਹਿਣਾ ਅਤੇ ਸਜ਼ਾ। ਰੱਬੀ ਕੁਦਰਤ ਦਾ ਨਿਯਮ ਤੋੜਾਂਗੇ ਦੁਖੀ ਹੋਵਾਂਗੇ, ਪਰਮਾਤਮਾ ਦਾ ਨਿਯਮ ਤੋੜਾਂਗੇ ਦੁੱਖ ਮਿਲੇਗਾ, ਜੇ ਨਿਯਮ 'ਚ ਰਜ਼ਾ 'ਚ ਰਵਾਂਗੇ ਸੁਖੀ ਰਵਾਂਗੇ। ਜੇ ਸਾਡੇ ਜੀਵਨ 'ਚ ਹੁਣ ਮੰਨ ਲਓ ਜ਼ਿੰਦਗੀ 'ਚ ਇੱਕ ਨਿਯਮ ਬਣਾ ਲਿਆ ਵੀ ਗੁੱਸਾ ਨਹੀਂ ਕਰਨਾ, ਕ੍ਰੋਧ ਨਹੀਂ ਕਰਨਾ, ਲੋਭ ਨਹੀਂ ਕਰਨਾ, ਬੇਵਿਚਾਰੀ ਨਹੀਂ ਕਰਨੀ, ਬੰਦਾ ਬਹੁਤ ਸੁਖੀ। ਜਿੱਦਣ ਨਿਯਮ ਤੋੜਿਆ, ਗੁੱਸਾ ਕਰਦਾ, ਘਰ 'ਚ ਕਲੇਸ਼ ਪੈ ਗਿਆ, ਲੜਾਈ ਪੈ ਗਈ। ਜਿੱਦਣ ਨਿਯਮ ਤੋੜਿਆ ਵੀ ਬੇਵਿਚਾਰੀ ਛੱਡ ਦੋ, ਕੋਈ ਫਰਕ ਨਹੀਂ ਪੈਂਦਾ, ਉਦੋਂ ਮੂੰਹ ਕਾਲਾ ਕਰਾ ਲਿਆ। ਹੁਣ ਜਦੋਂ ਫੜਿਆ ਗਿਆ ਫਿਰ ਲੋਕਾਂ ਦੇ ਸਾਹਮਣੇ ਨਸ਼ਰ ਹੋ ਰਿਹਾ। ਰੱਬੀ ਨਿਯਮ 'ਚ, ਰੱਬੀ ਬੰਨਣੂ 'ਚ ਬੰਨਣਾ ਹੀ ਪਰਮਾਤਮਾ ਜੀ ਦੇ ਨਾਲ ਵਿਆਹ ਦੀ ਸਾਡੀ ਦੂਸਰੀ। ਤੈਨੂੰ ਦੁਨਿਆਵੀ ਤੌਰ 'ਤੇ ਵੇਖ ਲਈਏ, ਪਤੀ ਆਪਣੇ ਪਤਨੀ ਦੇ ਨਿਰਮਲ ਭਉ 'ਚ ਰਵੇ ਅਤੇ ਪਤਨੀ ਆਪਣੇ ਪਤੀ ਦੇ ਨਿਰਮਲ ਭਉ 'ਚ ਰਵੇ, ਵਫਾਦਾਰੀ, ਇਮਾਨਦਾਰੀ ਵੀ ਮੇਰਾ ਪਤੀ ਮੈਨੂੰ ਭਾਵੇਂ ਨਹੀਂ ਵੇਖਦਾ, ਉਹ ਦੁਨੀਆਂ ਦੇ ਕਿਸੇ ਕੋਨੇ 'ਚ ਵੀ ਬੈਠੇ, ਪਰ ਮੈਂ ਦਾਗਦਾਰ ਨਹੀਂ ਬਣਦਾ, ਮੈਂ ਆਪਣੀ ਇੱਜ਼ਤ ਆਪਣੇ ਸਤਿਕਾਰ ਨੂੰ ਬਹਾਲ ਰੱਖਣਾ। ਉਹ ਮੇਰੇ ਨਾਲ ਬੈਠਾ ਹੈ ਜਾਂ ਨਹੀਂ ਬੈਠਾ, ਉਹ ਮੇਰੇ ਨਾਲ ਬੈਠੀ ਹੈ ਜਾਂ ਨਹੀਂ ਬੈਠੀ, ਮੇਰੇ ਨਾਲ ਟਾਈਮ ਸਪੈਂਡ ਕਰ ਰਹੀ ਹੈ ਜਾਂ ਨਹੀਂ ਕਰ ਰਹੀ, ਉਹ ਮੇਰੇ ਨਾਲ ਹੈ ਜਾਂ ਨਹੀਂ, ਪਰ ਮੈਂ ਐਸਾ ਕੋਈ ਕਰਮ ਨਹੀਂ ਕਰਨਾ ਜਿਹਦੇ ਨਾਲ ਗ੍ਰਿਸ਼ਤੀ ਜੀਵਨ ਦੇ ਨਿਯਮ ਟੁੱਟਣ। ਇਹ ਹੈ ਨਿਰਮਲ ਭਉ, ਇਹ ਹੈ ਲਾਵਾਂ ਦੀ ਦੂਸਰੀ ਪ੍ਰਕਿਰਿਆ। ਜੇ ਸਾਡੇ ਜੀਵਨ 'ਚ ਜਿੰਨਾ ਚਿਰ ਤੱਕ ਨਿਰਮਲ ਭਉ ਨਹੀਂ ਪੜਦੇ ਪਾਏ ਹੋਏ ਨੇ, ਪਤੀ ਨੂੰ ਪਤਨੀ ਬਾਰੇ ਨਹੀਂ ਪਤਾ, ਪਤਨੀ ਨੂੰ ਪਤੀ ਬਾਰੇ ਨਹੀਂ ਪਤਾ, ਜੀਵਨ 'ਚ ਇੰਨੇ ਪੜਦੇ ਪੈ ਗਏ, ਕਮਾਲ ਦੀ ਗੱਲ ਹੈ। ਹੁਣ ਨਿਰਮਲ ਭਉ ਵਾਲੀ ਗੱਲ ਜੀਵਨ 'ਚੋਂ ਨਿਕਲ ਗਈ, ਹੌਲੀ ਹੌਲੀ ਐਸਾ ਆਇਆ ਜਿਹੜਾ ਰਿਸ਼ਤਾ ਬਣਿਆ ਸੀ ਤੋੜ ਨਿਭਣ ਵਾਸਤੇ, ਉਹਦੇ 'ਚ ਤਰੇੜ ਪੈ ਗਈ, ਉਹਦੇ 'ਚ ਦਰਾੜ ਪੈ ਗਈ, ਹਕੀਕਤ ਫਿਰ ਇੱਕ ਦਿਨ ਸ਼ਬਦ ਜੁੜ ਗਿਆ ਜਿਹੜਾ ਗੁਰਮਤ 'ਚ ਹੋਣਾ ਨਹੀਂ ਚਾਹੀਦਾ ਸੀ, ਜਿਹਨੂੰ ਅਸੀਂ ਤਲਾਕ ਕਹਿੰਦੇ, ਉਹ ਨਿਰਮਲ ਭਉ ਦੀ ਅਣਹੋਦ ਕਰਕੇ। ਇਸ ਕਰਕੇ ਸਾਹਿਬ ਨੇ ਕਿਹਾ ਨਿਰਮਲ ਭਉ ਪਾਇਆ ਹਰ ਗੁਣ ਗਾਇਆ, ਹਰ ਵੇਖੈ ਰਾਮ ਹਦੂਰੇ, ਹਰ ਆਤਮ ਰਾਮ ਪਸਾਰਿਆ ਸਵਾਮੀ, ਸਰਬ ਰਹਿਆ ਭਰਪੂਰੇ। ਅੰਤਰ
ਬਾਹਰ ਪਤੀ ਦੀ ਗੱਲ ਹੁੰਦੀ ਵੀ ਅਸੀਂ ਸਾਰੇ ਜੀਵ ਰੂਪੀ ਇਸਤਰੀਆਂ ਉਹ ਮਾਲਕ ਅੰਦਰ ਵੀ ਬੈਠੇ ਉਹ ਜਹਾਨ ਵਿੱਚ ਵੀ ਹਰ ਥਾਂ ਤੇ ਉਹਦੇ ਨਿਯਮ 'ਚ ਬੱਜ ਕੇ ਰਹਿ ਹਰ ਪ੍ਰਭ ਇੱਕੋ ਮਿਲ ਹਰ ਜਨ ਮੰਗਲ ਗਾਏ ਪਰਮਾਤਮਾ ਦੇ ਪਿਆਰਿਆਂ ਨਾਲ ਜੁੜ ਕੇ ਰੱਬੀ ਸਤ ਸੰਗੀਆਂ ਨਾਲ ਜੁੜ ਕੇ ਗੁਰੂ ਦੀ ਹਦੂਦ 'ਚ ਬਹਿ ਕੇ ਉਸ ਪਰਮਾਤਮਾ ਜੀ ਦੇ ਸੋਹਣੇ ਗੁਣਾਂ ਨੂੰ ਗਾਉਣਾ ਹੈ ਉਸ ਮਾਲਕ ਜੀ ਦੀ ਵਿਆਖਿਆ ਕਰਨੀ ਹੈ ਉਸ ਰੱਬ ਜੀ ਦੇ ਸਿਫਤੋ ਸਲਾਹ ਦੇ ਗੀਤ ਗਾਉਣੇ ਨੇ ਇੰਜ ਕਹਿ ਲਈਏ ਪਤਨੀ ਸੋਹਣੇ ਗੁਣਾਂ ਵਾਲੀ ਹੋਵੇ ਪਤੀ ਸੋਹਣੇ ਗੁਣਾਂ ਵਾਲਾ ਹੋਵੇ ਤੇ ਜਿੱਥੇ ਸਵਾਲ ਉੱਠੇ ਵੀ ਔਰਤ ਦਾ ਰੂਪ ਕੀ ਹੈ ਤੇ ਪਤੀ ਕਹੇ ਵੀ ਮੇਰੀ ਪਤਨੀ 'ਚ ਉਹ ਸਾਰੇ ਗੁਣ ਨੇ ਜਿਹੜੇ ਇੱਕ ਔਰਤ 'ਚ ਹੋਣੇ ਚਾਹੀਦੇ ਦੂਸਰੇ ਪਾਸੇ ਪਤਨੀ ਨੂੰ ਸਵਾਲ ਪੁੱਛਿਆ ਜਾਵੇ ਵੀ ਭਾਈ ਦੱਸ ਇੱਕ ਇਨਸਾਨ 'ਚ ਇੱਕ ਮਰਦ 'ਚ ਕਿਹੜੇ ਗੁਣ ਨੇ ਤੇ ਉਹ ਆਪਣੇ ਪਤੀ ਦੀ ਲਾਈਫ ਦੀ ਵਿਆਖਿਆ ਕਰੇ ਉਹਦੀ ਜ਼ਿੰਦਗੀ ਨੂੰ ਪ੍ਰਮੋਟ ਕਰੇ ਉਹਦੀ ਲਾਈਫ ਨੂੰ ਦੁਨੀਆਂ ਦੇ ਸਾਹਮਣੇ ਦੱਸੇ ਇਹ ਹੈ ਵਿਚਾਰਕ ਸਾਂਝ ਤੇ ਉਹ ਸਾਂਝ ਸਿਰਜੀ ਜਾਏਗੀ ਉਹ ਸਾਂਝ ਕੋਈ ਆਸਮਾਨ ਚੋਂ ਨਹੀਂ ਆਏਗੀ ਉਹ ਸਾਂਝ ਕੋਈ ਕਰਾਮਾਤੀ ਟੋਟਕਾ ਨਹੀਂ ਹੈ ਕਿ ਸਵਾਹ ਦੀ ਕੁੜੀ ਜਾਂ ਕਿਸੇ ਦੇ ਬਾਬੇ ਦੇ ਸੇਵ ਦੇਣ ਦੇ ਨਾਲ ਲੋਕ ਕਹਿੰਦੇ ਨੇ ਘਰ 'ਚ ਕਲੇਸ਼ ਹੈ ਬਾਬੇ ਕੋਲ ਜਾਂਦੇ ਉਹਨੇ 500 ਹਜ਼ਾਰ 2000 10000 ਲਿਆ ਕੁੜੀ ਦੇ ਦਿੱਤੀ ਸਵਾਹ ਸ਼ਬਦ ਫੜਾ ਤਾ ਹੱਥ 'ਚ ਜੀਵਨ ਦੇ ਨੁਕਤੇ ਨਹੀਂ ਸਮਝਾਏ ਵੀ ਤੁਹਾਡੀ ਜ਼ਿੰਦਗੀ 'ਚ ਪ੍ਰੋਬਲਮਸ ਕੀ ਨੇ ਸੱਚ ਹੈ ਜਦੋਂ ਜੀਵਨ 'ਚ ਸੱਚ ਦ੍ਰਿੜ ਹੋ ਗਿਆ ਨਿਰਮਲ ਭਉ ਰਿਸ਼ਤਿਆਂ 'ਚ ਆ ਗਿਆ ਉਦੋਂ ਜੀਵਨ 'ਚ ਪਰੇਸ਼ਾਨੀਆਂ ਨੂੰ ਥਾਂ ਕੋਈ ਨਹੀਂ ਹੁੰਦੀ ਫਿਰ ਹਰ ਇੱਕ ਮਾਮਲਾ ਨਜਿੱਠਿਆ ਜਾਂਦਾ ਹਰ ਇੱਕ ਝਗੜਾ ਨਿਬੇੜਿਆ ਜਾਂਦੇ ਇਹ ਗੱਲ ਪੱਕੀ ਹੈ ਦੁਨੀਆਂ ਦੀ ਕਹਾਵਤ ਹੈ ਜਿੱਥੇ ਚਾਰ ਭਾਂਡੇ ਹੁੰਦੇ ਨੇ ਆਪਸ 'ਚ ਖੜਕਦੇ ਨੇ ਪਰ ਗੁਰਮਤਿ ਕਹਿੰਦੀ ਹੈ ਜਿੱਦਣ ਤੈਨੂੰ ਸੱਚ ਸਮਝ ਆ ਗਿਆ ਖੜਕਾਵ ਵੀ ਖਤਮ ਹੋ ਜਾਏਗਾ ਫਿਰ ਭਾਂਡਿਆਂ ਦਾ ਖੜਕਣਾ ਬੰਦ ਹੈ ਅੰਤਰ ਬਾਹਰ ਹਰ ਪ੍ਰਭ ਏਕੋ ਮਿਲ ਹਰ ਜਨ ਮੰਗਲ ਗਾਏ ਜਨ ਨਾਨਕ ਦੂਜੀ ਲਾਭ ਚਲਾਈ ਅਨਹਦ ਸ਼ਬਦ ਵਜਾਏ ਜੀਵਨ 'ਚ ਦੂਸਰੀ ਲਾਭ ਮਾਲਕ ਜੀ ਦੇ ਨਾਲ ਹੋਈ ਕਾਰਨ ਪਰਮਾਤਮਾ ਜੀ ਬਾਰੇ ਸਮਝ ਪੈ ਗਈ ਵੀ ਰੱਬ ਦਾ ਕੋਈ ਹੱਦ ਬੰਨਾ ਨਹੀਂ ਅਨਹਦ ਉਹਦੀ ਕੋਈ ਹੱਦ ਨਹੀਂ ਇਹ ਵਿਚਾਰ ਜ਼ਿੰਦਗੀ 'ਚ ਹੁਣ ਵਾਚਾ ਬਣ ਕੇ ਵੱਜਦੀ ਹੈ ਵਾਚਾ ਬਣ ਕੇ ਬੋਲਦੀ ਹੈ ਇਹ ਗੁਣ ਮੇਰੇ ਜੀਵਨ 'ਚ ਬੋਲ ਰਹੇ ਨੇ ਵੀ ਉਸ ਮਾਲਕ ਦਾ ਦਾਇਰਾ ਨਹੀਂ ਹੈ ਉਹ ਜੀਵਨ 'ਚ ਉਸ ਗਿਆਨ ਦਾ ਸਾਗਰ ਹੈ ਜਿਹਦਾ ਕੋਈ ਹੱਦ ਬੰਨਾ ਨਹੀਂ ਹੈ ਜਿਹਦੇ ਨਾਦ ਜਿਹਦੇ ਸ਼ਬਦ ਜਿਹਦੀ ਵਿਚਾਰ ਮੇਰੀ ਜ਼ਿੰਦਗੀ 'ਚ ਹਮੇਸ਼ਾ ਟਿਕਦੀ ਹੈ ਹੁਣ ਗੁਰਮਤਿ ਦਾ ਨਜ਼ਰੀਆ ਆਨੰਦ ਕਾਰਜ ਦਾ ਦੋ ਲਾਵਾਂ ਦੀ ਵਿਆਖਿਆ ਦੋ ਕੱਲ੍ਹ ਨੂੰ ਕਰਾਂ ਪਰ ਇੱਕ ਗੱਲ ਹਮੇਸ਼ਾ ਜੀਵਨ 'ਚ ਯਾਦ ਰੱਖੀਏ ਜਦੋਂ ਇਹਨਾਂ ਲਾਵਾਂ ਮੁਤਾਬਕ ਸਿਰਜਣਾਤਮਕ ਢੰਗ ਨਾਲ ਜ਼ਿੰਦਗੀ ਨੂੰ ਸ਼ੁਰੂ ਕਰਾਂਗੇ ਤੇ ਇੱਕ ਨਵੇਕਲੀ ਸਿਰਜਣਾ ਸਾਡੇ ਜੀਵਨ ਦੀ ਖੁਦ ਹੋਏਗੀ ਪ੍ਰੈਕਟੀਕਲ ਕਰਕੇ ਦੇਖ ਲਿਓ ਦਾਅਵੇ ਦੀ ਗੱਲ ਕਹਿੰਦੀ ਜ਼ਿੰਦਗੀ 'ਚ ਕਲੇਸ਼ ਨਾਮ ਦੀ ਚੀਜ਼ ਨਹੀਂ ਪਰ ਹਾਂ ਵਿਚਾਰਕ ਤੌਰ 'ਤੇ ਪਤੀ ਅਤੇ ਪਤਨੀ ਇੱਕੋ ਰੂਪ ਹੋਣੇ ਚਾਹੀਦੇ ਉਹਨਾਂ ਦਾ ਜਿਹੜਾ ਸਭ ਤੋਂ ਪਹਿਲਾ ਕਰਮ ਹੈ ਨਾ ਹੁਣ ਇੱਥੇ ਬੜੀ ਸਪਸ਼ਟਤਾ ਦੀ ਗੱਲ ਹੈ ਬਾਣੀ ਬ੍ਰਹਮਾ ਵੇਦ ਪਹਿਲਾ ਕਰਮ ਵੀ ਪਤਨੀ ਦਾ ਵੀ ਬਾਣੀ 'ਤੇ ਪੂਰਾ ਨਿਸ਼ਚਾ ਹੋਵੇ ਅਤੇ ਪਤੀ ਦਾ ਵੀ ਪੂਰਾ ਨਿਸ਼ਚਾ ਲਾਵਾਂ ਲੈਣ ਵਾਲੇ ਉਹ ਹੱਥ ਜੋੜ ਕੇ ਜਦੋਂ ਖੜੇ ਹੋਣ ਤੇ ਉਹਨਾਂ ਦੀ ਅੰਤਰੀ ਅੰਤਰੀ ਭਾਵਨਾ ਅੰਤਰੀ ਆਤਮਾ ਇਹ ਸ਼ਬਦ ਵਰਤ ਕੇ ਕਹਿੰਦੀ ਹੋਵੇ ਨਹੀਂ ਹੇ ਗੁਰੂ ਰਾਮਦਾਸ ਪਾਤਸ਼ਾਹ ਤੇਰੇ ਦਰਬਾਰ 'ਚ ਤੇਰੀਆਂ ਉਚਾਰਨ ਕੀਤੀਆਂ ਹੋਈਆਂ ਲਾਵਾਂ ਜੋ ਰੱਬੀ ਵਿਚਾਰ ਦਿੰਦੀਆਂ ਨੇ ਉਹਨੂੰ ਅਸੀਂ ਹਮੇਸ਼ਾ ਆਪਣੀ ਜ਼ਿੰਦਗੀ 'ਚ ਦ੍ਰਿੜ ਕਰਨੇ ਪਰ ਕਰਮਾ ਕਰਨ ਦਾ ਮਤਲਬ ਵੀ ਹੈ ਗੁਰੂ ਪਾਤਸ਼ਾਹ ਅਸੀਂ ਤੇਰੇ ਨਿਯਮ ਦੇ ਦਾਇਰੇ 'ਚ ਰਹਿਣਾ ਅਸੀਂ ਤੇਰੇ ਨਿਯਮ ਨੂੰ ਫੋਲੋ ਕਰ ਗੁਰੂ ਸਾਹਿਬ ਭਲੀ ਕਰ ਅਖੀਰ 'ਚ ਇੱਕ ਬੇਨਤੀ ਕਰਕੇ ਅੱਜ ਦਾ ਦਿਨ ਜਿੱਥੇ ਗੁਰੂ ਅਮਰਦਾਸ ਪਾਤਸ਼ਾਹ ਦਾ ਜੋਤੀ ਜੋਤ ਪੁਰਬ ਵੀ ਹੈ ਉੱਥੇ ਇੱਕ ਅਫਸੋਸਨਾਕ ਦਿਹਾੜਾ ਹੈ ਭਾਈ ਜਸਵੰਤ ਸਿੰਘ ਖਾਲੜਾ ਦਾ ਸ਼ਹਾਦਤ ਪੁਰਬ ਵੀ ਹੈ ਉਹ ਮਰਜੀਵੜਾ ਜਿਹਨੇ 1984 ਤੋਂ ਬਾਅਦ ਪੰਜਾਬ ਦੀ ਧਰਤੀ 'ਤੇ ਅਣਪਛਾਤੇ ਝੂਠੇ ਮੁਕਾਬਲੇ ਕਹਿ ਕੇ ਮਾਰੇ ਗਏ ਲੱਖਾਂ ਨੌਜਵਾਨਾਂ ਦੀਆਂ ਲਾਸ਼ਾਂ ਜਿਹੜੀਆਂ ਅਣਪਛਾਤੀਆਂ ਕਹਿ ਕੇ ਸਾੜ ਦਿੱਤੀਆਂ ਜਾਂਦੀਆਂ ਸਨ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਬੇਕਸੂਰਾਂ ਨੂੰ ਚੱਕ ਕੇ ਘਰਾਂ 'ਚੋਂ ਮਾਰ ਦਿੱਤਾ ਜਾਂਦਾ ਸੀ ਅਣਪਛਾਤੀ ਲਾਸ਼ ਕਹਿ ਕੇ ਉਹਨਾਂ ਨੂੰ ਵਕਤ ਦੀ ਨਗਰ ਪਾਲਿਕਾ ਦੇ ਹਵਾਲੇ ਕਰ ਦਿੱਤਾ ਜਾਂਦਾ ਸੀ
ਕੋਈ ਤਰਨ ਤਾਰਨ, ਕੋਈ ਅੰਮ੍ਰਿਤਸਰ, ਕੋਈ ਗੁਰਦਾਸਪੁਰ, ਕੋਈ ਕਾਦੀਆਂ, ਕੋਈ ਹੋਰ ਥਾਵਾਂ 'ਤੇ ਵੱਖ ਵੱਖ ਥਾਵਾਂ 'ਤੇ ਅਣਪਛਾਤੀਆਂ ਲਾਸ਼ਾਂ ਕਹਿ ਕੇ ਸੰਸਕਾਰ ਕਰ ਦਿੱਤਾ ਜਾਂਦਾ ਸੀ। ਮਾਵਾਂ ਘਰ 'ਚ ਉਡੀਕਦੀਆਂ ਸਨ ਸਾਡਾ ਪੁੱਤ ਵਾਪਸ ਆ ਜਾਏਗਾ। ਉਹ ਤਾਂ ਪਤਾ ਹੀ ਉਦੋਂ ਲੱਗਾ ਜਦੋਂ ਭਾਈ ਜਸਵੰਤ ਸਿੰਘ ਖਾਲੜਾ ਉੱਠਿਆ। ਉਹਨੇ ਕਿਹਾ ਮਾਤਾ ਵੋ ਹੁਣ ਤੁਸੀਂ ਉਡੀਕ ਛੱਡ ਦਿਓ, ਜਿਸ ਦੇ ਬੱਚੇ ਦੀ ਆਉਣ ਦੀ ਉਡੀਕ 'ਚ ਤੁਸੀਂ ਬੈਠੇ ਹੋ ਉਸ ਬੱਚੇ ਨੂੰ ਝੂਠੇ ਮੁਕਾਬਲੇ 'ਚ ਮਾਰ ਦਿੱਤਾ ਗਿਆ ਅਤੇ ਦੂਸਰਾ ਉਹਨੂੰ ਅਣਪਛਾਤੀ ਲਾਸ਼ ਕਹਿ ਕੇ ਉਹਨੂੰ ਸਾੜ ਵੀ ਦਿੱਤਾ ਗਿਆ। 3 ਸਾਲਾਂ 'ਚ ਜਸਵੰਤ ਸਿੰਘ ਖਾਲੜਾ ਨੇ ਉਸ ਵਕਤੀ ਹਕੂਮਤ ਦੀ ਦਰਿੰਦਗੀ ਦੇ ਖਿਲਾਫ ਜਿਹਨੇ ਸਿੱਖਾਂ ਨਾਲ ਇੰਨਾ ਵੱਡਾ ਧਰੋਹ ਕਮਾਇਆ, ਜਦੋਂ ਦਾ ਪਾਜ ਉਘੇੜਿਆ, ਤਰਨ ਤਾਰਨ ਦੇ ਜਿਹੜਾ ਸਰਕਾਰੀ ਕਹਿ ਲਓ ਵਕਤੀ ਹਕੂਮਤ ਦੇ ਦਾਇਰੇ 'ਚ ਚੱਲਣ ਵਾਲੀਆਂ ਸ਼ਮਸ਼ਾਨ ਘਾਟਾਂ ਨਾ ਸਨ, ਉਹਨਾਂ 'ਚ ਲਿਸਟਾਂ ਜਦੋਂ ਫਰੋਲੀਆਂ ਅਤੇ ਇਕੱਲੇ ਤਰਨ ਤਾਰਨ ਦੀ ਇੱਕ ਸ਼ਮਸ਼ਾਨ ਘਾਟ 'ਚ 13,000 ਸਿੱਖਾਂ ਦੇ ਬੇਕਸੂਰ ਅਣਪਛਾਤੀਆਂ ਲਾਸ਼ਾਂ ਦਾ ਜ਼ਿਕਰ ਹੈ। ਲੱਖਾਂ ਮਾਰੇ ਗਏ। ਹੁਣ ਜਦੋਂ ਇਹ ਗੱਲ ਸਮਾਜ ਦੇ ਸਾਹਮਣੇ ਆਈ ਉਹਨੇ ਹੌਕਾ ਬਹੁਤ ਦਿੱਤਾ, ਸਿੱਖੋ ਜਾਗੋ, ਉਪਦੇਸ਼ਾਂ 'ਚ ਵੀ ਗਿਆ ਜਾਗੋ ਸਿੱਖੋ, ਪਰ ਬਹੁਤੀ ਉਹਦੀ ਗੱਲ ਉਦੋਂ ਸੁਣੀ ਨਹੀਂ ਗਈ। ਇੱਕ ਦਿਨ ਉਹ ਸਮਾਂ ਆਇਆ ਕਿਉਂਕਿ ਸਰਕਾਰ ਨੂੰ ਗੱਲ ਚੁਭਦੀ ਸੀ, ਵਕਤੀ ਹਕੂਮਤ ਦਾ ਪਾਜ ਉਗੜਦਾ ਸੀ। ਭਾਈ ਜਸਵੰਤ ਸਿੰਘ ਖਾਲੜਾ ਮਨੁੱਖੀ ਅਧਿਕਾਰਾਂ ਦਾ ਰਾਖਾ ਬਣ ਕੇ, ਕੌਮੀ ਹੀਰਾ ਬਣ ਕੇ ਸੰਸਾਰ ਦੇ ਸਾਹਮਣੇ, ਦੁਨੀਆਂ ਦੇ ਸਾਹਮਣੇ ਆਇਆ। ਲੋਕਾਂ ਨੇ ਮਨੁੱਖੀ ਅਧਿਕਾਰਾਂ ਦੀ ਵਕਾਲਤ ਦੀ ਉਹਦੀ ਤਾਰੀਫ ਕੀਤੀ। ਇੱਕ ਦਿਨ ਉਹਦੀ ਜ਼ਿੰਦਗੀ 'ਚ ਵੀ ਐਸਾ ਆਇਆ ਜਦੋਂ ਅਣਪਛਾਤੀਆਂ ਲਾਸ਼ਾਂ ਲੱਭਦੇ ਲੱਭਦੇ ਉਹਦੀ ਲਾਸ਼ ਵੀ ਅਣਪਛਾਤੀ ਹੋ ਗਈ। 6 ਸਤੰਬਰ 1995 ਨੂੰ ਉਸ ਮਰਜੀਵੜੇ ਨੂੰ ਵੀ ਆਪਣੇ ਘਰ 'ਚੋਂ ਚੁੱਕ ਲਿਆ ਗਿਆ, ਥਾਣੇ 'ਚ ਲਿਆ ਕੇ ਟੌਰਚਰ ਕੀਤਾ ਗਿਆ, ਅਖੀਰ ਥਾਣੇ 'ਚ ਗੋਲੀਆਂ ਮਾਰ ਕੇ, ਕਿਉਂਕਿ ਵਕਤੀ ਹਕੂਮਤ ਕਹਿੰਦੀ ਸੀ ਤੂੰ ਜਿੰਨਾ ਕੁਝ ਦੁਨੀਆਂ ਦੇ ਸਾਹਮਣੇ ਬੋਲਿਆ ਨੂੰ ਵਾਪਸ ਲੈ, ਵੀ ਇਹ ਗਲਤੀ ਹੈ। ਕਹਿੰਦਾ ਨਹੀਂ, ਤੁਸੀਂ ਸਿੱਖ ਨੌਜਵਾਨ ਸਿੱਖ ਬੱਚਿਆਂ ਦੇ ਨਾਲ ਇੰਨਾ ਵੱਡਾ ਧਰੋਹ ਕੀਤਾ, ਤੁਸੀਂ ਸਾਡੇ 'ਤੇ ਇੰਨਾ ਵੱਡਾ ਜ਼ੁਲਮ ਕੀਤਾ, ਮਾਵਾਂ ਘਰਾਂ ਦੇ ਵਿਹੜਿਆਂ 'ਚ ਅੱਜ ਤੱਕ ਉਡੀਕਦੀਆਂ ਵੀ ਸਾਡਾ ਪੁੱਤ ਵਾਪਸ ਆ ਜਾਏਗਾ, ਸ਼ਾਇਦ ਕਿਤੇ ਲੁਕਿਆ ਹੋਵੇ, ਕਿਸੇ ਦੂਸਰੇ ਦੇਸ਼ ਚਲਾ ਗਿਆ ਹੋਵੇ, ਆ KPS ਗਿੱਲ ਵਰਗੇ ਦੀ ਮੌਤ ਹੋਈ, ਇਹ ਕਹਿ ਦਿੰਦਾ ਸੀ ਮਾਂ ਤੇਰੇ ਪੁੱਤਰ ਨੂੰ ਕੈਨੇਡਾ ਅਮਰੀਕਾ ਸੀ ਵੀਜ਼ੇ 'ਤੇ ਭੇਜ ਦਿੱਤਾ, ਉੱਥੇ ਜਾ ਕੇ ਕਮਾਈ ਕਰਦਾ, ਮਾਂ ਅੱਜ ਤੱਕ ਉਡੀਕਦੀ ਪਈ ਹੈ। ਅਖੀਰ ਭਾਈ ਜਸਵੰਤ ਸਿੰਘ ਖਾਲੜੇ ਨੂੰ ਵੀ ਚੁੱਕ ਕੇ ਹਰੀ ਕੇ ਪੱਤਣ ਦਰਿਆ 'ਚ ਅਣਪਛਾਤੀ ਲਾਸ਼ ਵਾਂਗ ਰੋੜ ਦਿੱਤਾ। ਉਸ ਸਿੱਖ ਦਾ ਅੱਜ ਸ਼ਹਾਦਤ ਦਾ ਦਿਨ, ਮਨੁੱਖੀ ਅਧਿਕਾਰਾਂ ਦਾ ਰੱਖ, ਦੁਨੀਆਂ ਦੇ ਤਖ਼ਤੇ 'ਤੇ ਵੱਖਰੀ ਸੋਚ ਲੈ ਕੇ ਵਿਚਰਨ ਵਾਲਾ, ਅਤੇ ਉਸ ਸਮੇਂ 'ਚ ਜਦੋਂ ਸਰਕਾਰ ਦੇ ਖਿਲਾਫ਼ ਖੜਨਾ ਸਿੱਖ ਵਾਸਤੇ ਸਿੱਧਾ ਗੋਲੀ ਖਾਣ ਨੂੰ ਆਮਦ ਕਹਿਣਾ ਸੀ, ਉਦੋਂ ਉਸ ਸਿੱਖ ਨੇ ਸੰਘਰਸ਼ ਕੀਤਾ, ਸਿੱਜਦਾ ਉਸ ਮਹਾਨ ਸਿੱਖ ਦੇ ਕਰਮਾਂ ਨੂੰ, ਸਿੱਜਦਾ ਉਸ ਮਹਾਨ ਸਿੱਖ ਦੀ ਕਾਰਗੁਜ਼ਾਰੀ ਨੂੰ, ਜਿਹਨੇ ਆਪਣੀ ਮਿਹਨਤ ਦੇ ਨਾਲ ਲੱਖਾਂ ਮਾਵਾਂ ਦੇ ਹਿਰਦਿਆਂ 'ਚ ਠੰਡ ਪਾਈ ਕਿ ਮਾਂ ਘਰ 'ਚ ਖੰਡ ਪਾਠ ਰਖਾ ਲਏ, ਆਪਣੇ ਪੁੱਤ ਦਾ ਭੋਗ ਪਾਲੇ, ਉਹਨੇ ਮੁਰਦਾ ਮੁੜ ਕੇ ਜੀਂਦਾ ਵਾਪਸ ਨਹੀਂ ਆਉਣਾ, ਕਿਉਂਕਿ ਉਹ ਲਾਸ਼ ਬਣ ਗਿਆ ਅਤੇ ਲਾਸ਼ ਸਾੜ ਵੀ ਦਰ ਦਿੱਤੀ ਜਾ ਚੁੱਕੀ ਹੈ। ਗੁਰੂ ਭਲੀ ਕਰੇ, ਜੀਵਨ 'ਚ ਇਹਨਾਂ ਸੰਘਰਸ਼ਾਂ ਨਾਲ ਜੁੜੇ ਰਹੀਏ, ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।